ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਸੰਬੰਧੀ ਕੁਛ ਵਿਚਾਰਾਂ ਪਹਿਲਾਂ ਸਾਂਝੀਆਂ ਕੀਤੀਆਂ। ਅਕਸਰ ਸਾਰੀ ਗੱਲ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਉਦਾਲੇ ਘੁੰਮ ਕੇ ਇੱਥੇ ਹੀ ਖਤਮ ਹੋ ਜਾਂਦੀ ਹੈ। ਔਰ ਅੱਗੋਂ ਇਤਿਹਾਸ ਵਿੱਚੋਂ ਜਿੱਥੋਂ ਸਿੱਖ ਰਾਜ ਦਾ ਪਤਨ ਸ਼ੁਰੂ ਹੋਇਆ, ਆਪਾਂ ਉਹਦੀ ਗੱਲ ਬਹੁਤ ਘੱਟ ਕਰਦੇ ਹਾਂ ਜਾਂ ਆਪਾਂ ਪੜ੍ਹਦੇ ਵੀ ਬਹੁਤ ਘੱਟ ਹੈ। ਜਦੋਂ ਸਰਸਰੀ ਨਜ਼ਰ ਮਾਰੀਏ ਆਪਾਂ ਉਸ ਇਤਿਹਾਸ ਬਾਰੇ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਉਂ, ਚੁੱਕੇ ਦਰਦਾਂ ਦੇ ਘੁੱਟ ਭਰਨੇ ਕੋਈ ਬਹੁਤੇ ਸੌਖੇ ਨਹੀਂ ਹੁੰਦੇ। ਬਣਿਆ ਹੋਇਆ ਰਾਜ ਭਾਗ ਤੀਲਾ ਤੀਲਾ ਕਰਕੇ ਜਿਵੇਂ ਵਿਖੜਿਆ, ਜਿਵੇਂ ਉਜੜਿਆ, ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਸੀ। ਉਸ ਉਜਾੜੇ ਦੀ ਦਾਸਤਾਨ ਨੂੰ ਦੇਖੋ ਕੋਈ ਵੀ ਚੇਤੇ ਨਹੀਂ ਕਰਨਾ ਚਾਹੁੰਦਾ। ਮਨੁੱਖ ਨੂੰ ਕਦੇ ਸੁਪਨਾ ਵੀ ਭੈੜਾ ਆ ਜਾਏ ਨਾ, ਸੁਪਨਾ ਇਹ ਤਾਂ ਹਕੀਕਤ ਸੀ, ਅਤੇ ਉਹ ਮੁੜ ਕੇ ਦੁਬਾਰਾ ਸੁੱਤਾ ਹੋਇਆ ਅੱਖਾਂ ਮੀਟਣ ਤੋਂ ਸੰਕੋਚ ਕਰਦਾ ਕਿਤੇ ਉਹ ਸੀਨ ਮੁੜ ਕੇ ਨਾ ਮੈਨੂੰ ਦਿਸ ਪਏ। ਇਹ ਤਾਂ ਇੱਕ ਹਕੀਕਤ ਸੀ, ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਏ, ਕੋਈ ਗੱਲ ਹੋ ਜਾਏ, ਕੋਈ ਬੰਦਾ ਹਮਦਰਦੀ ਵੀ ਉਹਦੇ ਨਾਲ ਪ੍ਰਗਟ ਕਰਨੀ ਚਾਹਵੇ ਨਾ, ਉਹ ਗੱਲ ਦੁਹਰਾਵੇ ਅਤੇ ਉਹ ਮਨੁੱਖ ਆਖ ਦਿੰਦਾ ਬਸ ਇਸ ਗੱਲ ਦਾ ਜ਼ਿਕਰ ਨਾ ਕਰ, ਮੇਰੇ ਜ਼ਖਮਾਂ ਨੂੰ ਤੂੰ ਮੁੜ ਕੇ ਉਚੇੜ ਨਾ, ਕੁਰੇਦ ਨਾ, ਮੈਂ ਹੁਣ ਉਸ ਗੱਲ ਨੂੰ ਭੁਲਾ ਦੇਣਾ ਚਾਹੁੰਦਾ। ਸ਼ਾਇਦ ਮੈਂ ਸੋਚਦਾ ਇਹੀਓ ਕਾਰਨ ਹੈ ਕਿ ਅਸੀਂ ਉਹਨਾਂ ਵਰਕੀਆਂ ਨੂੰ, ਉਹਨਾਂ ਗੱਲਾਂ ਨੂੰ ਅਸੀਂ ਭੁੱਲ ਜਾਣਾ ਚਾਹੁੰਦੇ ਹਾਂ। ਨਹੀਂ ਤਾਂ ਉਸ ਰਾਜ ਭਾਗ ਤੋਂ ਬਾਅਦ ਵੀ ਸਿੱਖ ਕੌਮ ਨੇ ਪਿਛਲੇ ਤੋਂ ਸਬਕ ਸਿੱਖ ਕੇ ਅਗਾਂਹ ਲਈ ਕੀ ਕਰਨਾ, ਜੇ ਮੈਂ ਗਲਤ ਨਹੀਂ ਤਾਂ ਬਹੁਤਾ ਕੁਝ ਨਹੀਂ ਸਿੱਖਿਆ ਜਾਂ ਬਹੁਤਾ ਕੁਝ ਨਹੀਂ ਕੀਤਾ। ਇਸ ਗੱਲ ਦਾ ਅਫਸੋਸ ਵੀ ਹੈ ਕਿ ਸਾਡੇ ਬੱਚਿਆਂ ਨੂੰ, ਸਾਡੇ ਜਿਹੜੇ ਨਕਲੀ ਹੀਰੋ ਨੇ, ਉਹ ਸਲਮਾਨ ਖਾਨ ਹੈ, ਉਹ ਸ਼ਾਹਰੁਖ ਖਾਨ ਹੈ, ਉਹ ਆਮਿਰ ਖਾਨ ਹੈ ਜਾਂ ਅਮਿਤਾਭ ਬੱਚਨ ਹੈ, ਇਹ ਤਾਂ ਚੇਤੇ ਨੇ, ਪਰ ਆਪਣੇ ਜਿਹੜੇ ਸਿੱਖ ਇਤਿਹਾਸ ਦੇ ਨਾਇਕ ਨੇ, ਜਿਹੜੇ ਹੀਰੋ ਨੇ, ਮਹਾਰਾਜਾ ਰਣਜੀਤ ਸਿੰਘ ਹੈ, ਹਰੀ ਸਿੰਘ ਨਲਵਾ ਹੈ, ਬਾਬਾ ਦੀਪ ਸਿੰਘ ਹੈ, ਅਕਾਲੀ ਫੂਲਾ ਸਿੰਘ ਹੈ, ਸ਼ਾਮ ਸਿੰਘ ਅਟਾਰੀ ਹੈ, ਬਾਬਾ ਸਾਹਿਬ ਸਿੰਘ ਹੈ, ਭਾਈ ਮਨੀ ਸਿੰਘ ਹੈ ਜਾਂ ਭਾਈ ਤਾਰੂ ਸਿੰਘ ਹੈ ਜਾਂ ਹੋਰ ਬਹੁਤ ਸਾਰੇ ਨੇ, ਇਤਿਹਾਸ ਭਰਿਆ ਪਿਆ, ਉਹ ਚੇਤੇ ਨਹੀਂ। ਕਿਸੇ ਬੱਚੇ ਨੂੰ ਖੜ੍ਹੇ ਕਰਕੇ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ, ਸਿੱਖ ਬੱਚੇ ਨੂੰ ਜਾਂ ਈਵਨ ਸਿੱਖ ਪਰਿਵਾਰ ਨੂੰ ਵੀ ਕਿਸੇ ਨੂੰ ਜਾ ਕੇ, ਅਤੇ ਸਿਵਾਏ ਕੁਛ ਇੱਕ ਨੂੰ ਜਿਹੜੀਆਂ ਚੱਲਦੀਆਂ ਹੋਈਆਂ ਗਾਥਾਵਾਂ, ਪ੍ਰਚਲਿਤ ਕਥਾਵਾਂ ਦੇ ਨਾਲ ਜਿਨ੍ਹਾਂ ਦਾ ਕਿਤੇ ਵਾਹ ਪਿਆ, ਉਹਨਾਂ ਤੋਂ ਬਗੈਰ ਬਾਕੀ ਸਾਰੇ ਨਾਇਕ ਜਿਹੜੇ ਨੇ ਉਹ ਭੁੱਲੀ ਵਿਸਰੀ ਯਾਦ ਬਣ ਗਏ ਨੇ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਮਹਾਰਾਜਾ ਖੜਕ ਸਿੰਘ ਆਇਆ, ਜਿਨ੍ਹਾਂ ਡੋਗਰਿਆਂ ਦੀ ਚਾਲ ਨੂੰ ਸਮਝਿਆ ਔਰ ਯਤਨ ਕੀਤਾ ਉਹਨਾਂ 'ਤੇ, ਉਹਨਾਂ ਦੀ ਨਕੇਲ ਕੱਸਣ ਦਾ ਯਤਨ ਕੀਤਾ, ਉਹਨਾਂ ਨੂੰ ਆਈਸੋਲੇਟ ਕਰਨ ਦਾ, ਪਰ ਨਤੀਜਾ ਕੀ ਹੋਇਆ? ਪਿਓ ਅਤੇ ਪੁੱਤਰਾਂ ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਦੋਵਾਂ ਵਿੱਚ ਜਾਅਲੀ ਚਿੱਠੀਆਂ ਪੈਦਾ ਕਰ ਕਰਕੇ ਇੱਧਰਲੀਆਂ ਉੱਧਰ, ਉੱਧਰਲੀਆਂ ਉੱਧਰ ਲਾ ਕੇ ਇਸ ਹੱਦ ਤੱਕ ਨੌਬਤ ਲੈਣ ਦੀ ਕਿ ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰ ਲਿਆ ਗਿਆ, ਹਾਊਸ ਅਰੈਸਟ ਕਰ ਦਿੱਤਾ ਗਿਆ। ਔਰ ਉਸ ਕੈਦ ਦੇ ਵਿੱਚ ਕੰਵਰ ਨੌ ਨਿਹਾਲ ਸਿੰਘ ਨੂੰ ਇੱਦਾਂ ਦੀਆਂ ਗੱਲਾਂ ਬਣਾ ਬਣਾ ਕੇ ਦੱਸੀਆਂ ਕਿ ਕੰਵਰ ਨੌ ਨਿਹਾਲ ਸਿੰਘ ਦੇ ਮਨ ਵਿੱਚ ਇੰਨੀ ਨਫ਼ਰਤ ਪੈਦਾ ਕਰ ਦਿੱਤੀ ਕਿ ਉਹ ਆਪਣੇ ਬਾਪ ਦੇ ਮੱਥੇ ਲੱਗਣ ਨੂੰ ਵੀ ਤਿਆਰ ਨਹੀਂ ਸੀ। ਅਤੇ ਦੂਸਰੇ ਪਾਸੇ ਖੜਕ ਸਿੰਘ ਨੂੰ ਆ ਕੇ ਗੱਲਾਂ ਜਿਹੜੀਆਂ ਹੋਰ ਦੱਸਣੀਆਂ, ਚੂੰਕਿ ਚੁੱਕ ਜਿਹੜੀ ਹੈ ਸਿਆਣੇ ਆਉਂਦੇ ਨੇ ਕਈ ਵਾਰ ਪੱਥਰ ਵੀ ਪਾੜ ਦਿੰਦੀ ਹੈ, ਔਰ ਜਿਸ ਢੰਗ ਨਾਲ ਇਹਨਾਂ ਲੋਕਾਂ ਨੇ ਜਿਹਦੇ ਵਿੱਚ ਇਹਨਾਂ ਦੀ ਮੁਹਾਰਤ ਸੀ ਡੋਗਰਿਆਂ ਨੇ, ਔਰ ਉਹਨੂੰ ਵਰਤਿਆ ਔਰ ਜੇਲ੍ਹ ਦੇ ਵਿੱਚ ਉਹਨੂੰ ਮਿੱਠਾ ਜ਼ਹਿਰ ਦੇ ਕੇ ਉਹਦੇ ਜਿਹੜੇ ਨੌਕਰ ਸਨ, ਜਿਹੜੇ ਉਹਦਾ ਡਾਕਟਰ ਸੀ, ਉਹਦੇ ਨਾਲ ਮਿਲ ਕੇ ਖਰੀਦ ਕੇ ਵੀ ਜੇ ਕਰੋਗੇ ਤਾਂ ਠੀਕ ਹੈ, ਨਾ ਕਰੋਗੇ ਤਾਂ ਸਮੁੱਚਾ ਪਰਿਵਾਰ ਮਾਰ ਦਿੱਤਾ ਜਾਏਗਾ, ਔਰ ਉਹਨੂੰ ਜ਼ਹਿਰ ਦੇ ਕੇ ਹੌਲੀ 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 ਉਹਨੂੰ ਮਾਰ ਦਿੱਤਾ ਗਿਆ। ਔਰ ਫਿਰ ਇਕੱਲਾ ਇੱਥੇ ਨਹੀਂ, ਅਜੇ ਉਹਦੀ ਚਿਖਾ ਬਲੀ ਚਿਖਾ ਨੂੰ ਅਗਨੀ ਦਿੱਤੀ, ਉਹਦੀਆਂ ਰਾਣੀਆਂ ਨੂੰ ਵੀ ਜ਼ਬਰਦਸਤੀ ਜਿਹੜਾ ਇਹ ਆ ਕੇ ਕਿ ਜਾਂ ਤਾਂ ਨਾਲ ਸਤੀ ਹੋ ਜਾਓ ਨਹੀਂ ਤਾਂ ਕਤਲ ਕਰ ਦਿੱਤੀਆਂ ਜਾਓਗੀ। ਬੇਗੈਰਤੀ ਦੀ ਮੌਤ ਮਰਨ ਨਾਲੋਂ ਉਹਨਾਂ ਨੇ ਸਤੀ ਹੋਣਾ ਪ੍ਰਵਾਨ ਕਰ ਲਿਆ।
ਉਹ ਤੋਂ ਬਾਅਦ ਕੰਵਰ ਨੌ ਨਿਹਾਲ ਸਿੰਘ ਨੂੰ ਜਦੋਂ ਸਸਕਾਰ ਕਰਕੇ ਆਪਣੇ ਪਿਤਾ ਦੀ ਚਿਤਾ ਨੂੰ ਲਾਂਬੂ ਲਾ ਕੇ ਵਾਪਸ ਮੁੜ ਕੇ ਆ ਰਿਹਾ ਅਤੇ ਡੋਗਰੇ ਭਰਾਵਾਂ ਨੇ ਸਾਜਿਸ਼ ਰਚ ਲਈ ਜਿਹੜਾ ਜਿਸ ਦਰਵਾਜ਼ੇ ਵਿੱਚ ਦੀ ਉਹਨੇ ਆਉਣਾ ਜਿਹੜਾ ਉਹਦਾ ਛੱਜਾ ਉਹਦੇ ਵਿੱਚ ਛੇਕ ਕਰਕੇ ਅਤੇ ਬਰੂਦ ਭਰ ਦਿੱਤਾ ਗਿਆ। ਬਰੂਦ ਭਰ ਕੇ ਜਦੋਂ ਲੰਘਣ ਲੱਗਾ ਅਤੇ ਉਹਨੂੰ ਪਲੀਤਾ ਦਾਗ ਦਿੱਤਾ, ਛੱਜਾ ਜਿਹੜਾ ਉਹ ਕੰਵਰ ਨੌ ਨਿਹਾਲ ਸਿੰਘ ਦੇ ਉੱਤੇ ਆਣ ਡਿੱਗਾ। ਉਹਦੇ ਨਾਲ ਇੱਕ ਦੋ ਹੋਰ ਜਿਹੜੇ ਸਨ ਤੁਰੇ ਹੋਏ, ਚਲੋ ਉਹ ਵੀ ਨਾਲ ਮਾਰੇ ਗਏ, ਪਰ ਕੰਵਰ ਨੌ ਨਿਹਾਲ ਸਿੰਘ ਦੀ ਬਾਂਹ 'ਤੇ ਸੱਟ ਲੱਗੀ, ਇਤਿਹਾਸਕਾਰ ਦੱਸਦੇ ਨੇ, ਅਤੇ ਕੁਛ ਕੰਨ 'ਤੇ ਲਾਗੋਂ ਪਿੱਛੋਂ ਥੋੜ੍ਹਾ ਜਿਹਾ ਖੂਨ ਵਗਿਆ। ਪਰ ਲੇਕਿਨ ਨਾ ਉਹ ਮੂਰਛਿਤ ਸੀ, ਨਾ ਉਹਨੂੰ ਕੋਈ ਇੱਦਾਂ ਦੀ ਫੇਟਲ ਕੋਈ ਸੱਟ ਵੱਜੀ ਸੀ ਜਿਹਦੇ ਨਾਲ ਕੋਈ ਗੰਭੀਰ ਹੁੰਦਾ। ਪਰ ਉਹਨੂੰ ਉੱਥੋਂ ਚੁੱਕ ਕੇ ਕਿਲ੍ਹੇ ਦੇ ਅੰਦਰ ਵਾੜ ਲਿਆ ਗਿਆ ਔਰ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਔਰ ਕੰਵਰ ਨੌ ਨਿਹਾਲ ਸਿੰਘ ਦੀ ਮਾਤਾ, ਉਹਦੇ ਘਰਵਾਲੀ, ਬਾਕੀ ਸਾਰੀਆਂ ਦਰਵਾਜ਼ਾ ਪਿੱਟਦੀਆਂ ਰਹੀਆਂ, ਦਰਵਾਜ਼ੇ ਨੂੰ ਥਪਤਾਉਂਦੀਆਂ ਰਹੀਆਂ, ਦੁਹਾਈ ਦਿੰਦੀਆਂ ਰਹੀਆਂ, ਪਰ ਲੇਕਿਨ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਅਤੇ ਅੰਦਰ ਜੋ ਕੁਝ ਵਾਪਰਿਆ ਉਹ ਆਪਾਂ ਸਾਰੇ ਜਾਣਦੇ ਹਾਂ। ਦੱਸਦੇ ਨੇ ਕਿ ਪੱਥਰ ਮਾਰ ਮਾਰ ਕੇ ਕੰਵਰ ਨੌ ਨਿਹਾਲ ਸਿੰਘ ਦੇ ਸਿਰ ਵਿੱਚ ਉਹਨੂੰ ਜਿਉਂਦੇ ਨੂੰ ਜਿਹੜਾ ਉਹ ਇਹਨਾਂ ਨੇ ਪੱਥਰ ਮਾਰ ਮਾਰ ਕੇ ਮਾਰਿਆ। ਔਰ ਜਦੋਂ ਉੱਥੇ ਵੇਖਣ ਗਏ ਨੇ ਅਤੇ ਲਾਗੇ ਖੂਨ ਦਾ ਛੱਪੜ ਲੱਗਾ ਹੋਇਆ ਸੀ, ਜਦਕਿ ਪਹਿਲਾਂ ਇੱਕ ਬਿਲਕੁਲ ਮਾਮੂਲੀ ਸੱਟ ਸੀ। ਸਾਜਿਸ਼ਾਂ ਕਿੰਨੀਆਂ ਡੂੰਘੀਆਂ ਨੇ, ਪਿਓ ਮਾਰ ਦਿੱਤਾ, ਪਤਾ ਹੋਣ ਦੇ ਬਾਵਜੂਦ ਇਹਨਾਂ ਨੂੰ ਪਤਾ ਸੀ, ਉਹਨਾਂ ਨੂੰ ਬੋਲਣ ਜੋਗੇ ਨਹੀਂ ਛੱਡਿਆ ਜਾਂ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਕੰਵਰ ਨੌ ਨਿਹਾਲ ਸਿੰਘ ਨੂੰ ਮਾਰ ਦਿੱਤਾ, ਔਰ ਇੱਕ ਸਾਜਿਸ਼ ਵਾਂਗੂ ਨਹੀਂ, ਸਾਜਿਸ਼ ਨਹੀਂ, ਇੱਕ ਐਕਸੀਡੈਂਟ ਕਰਕੇ ਲੋਕਾਂ ਵਿੱਚ ਸ਼ੋਅ ਕਰ ਦਿੱਤਾ। ਔਰ ਉਹ ਤੋਂ ਬਾਅਦ ਮਹਾਰਾਜੇ ਦੀ ਅੱਖਾਂ ਮੀਟਣ ਦੇ ਪਿੱਛੋਂ ਰਾਜ ਦੀ ਹਵਸ ਵਿੱਚ, ਖੁਦਗਰਜੀ ਦੀ ਹਵਸ ਵਿੱਚ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰੇ ਜਾਂ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਜਰਨੈਲ ਜਿਹੜੇ ਨੇ, ਇਹਨਾਂ ਦੀ ਮਿਲੀ ਭੁਗਤ ਨਾਲ ਜਿੱਥੇ ਮਹਾਰਾਜਾ ਖੜਕ ਸਿੰਘ ਦਾ ਕਤਲ ਹੋਇਆ, ਕੰਵਰ ਨੌ ਨਿਹਾਲ ਸਿੰਘ ਦਾ ਕਤਲ ਹੋਇਆ, ਉੱਥੇ ਨਾਲ ਹੀ ਖੜਕ ਸਿੰਘ ਦੇ ਘਰਵਾਲੀ ਮਹਾਰਾਣੀ ਚੰਦ ਕੌਰ ਨੂੰ, ਦੇਖੋ ਉਹਨੂੰ ਜ਼ਹਿਰ ਦੇ ਕੇ ਮੱਝ ਗੋਲੀਆਂ ਰਾਹੀਂ ਮਰਵਾ ਦਿੱਤਾ ਗਿਆ। ਮਹਾਰਾਜਾ ਸ਼ੇਰ ਸਿੰਘ ਨੂੰ ਮਰਵਾ ਦਿੱਤਾ ਗਿਆ, ਮਹਾਰਾਜਾ ਪ੍ਰਤਾਪ ਸਿੰਘ ਨੂੰ ਮਰਵਾ ਦਿੱਤਾ ਗਿਆ, ਔਰ ਇੱਥੋਂ ਤੱਕ ਕਿ ਕੰਵਰ ਨੌ ਨਿਹਾਲ ਸਿੰਘ ਦੀ ਘਰਵਾਲੀ ਨੂੰ ਜੋ ਉਦੋਂ ਗਰਭਵਤੀ ਸੀ ਉਹਨੂੰ ਵੀ ਜ਼ਹਿਰ ਦੇ ਕੇ ਜਿਹੜਾ ਉਹ ਮਾਰ ਦਿੱਤਾ ਗਿਆ। ਔਰ ਇੱਦਾਂ ਕਤਲੋ ਗਾਰਦ ਹੋਈ, ਸ਼ਰੇਆਮ ਭਰੇ ਦਰਬਾਰਾਂ ਵਿੱਚ ਕਤਲ ਹੁੰਦੇ ਰਹੇ, ਸ਼ਰੇਆਮ ਸਾਹਮਣੇ ਕਤਲ ਹੁੰਦੇ ਰਹੇ, ਕੋਈ ਨਹੀਂ ਬੋਲਿਆ, ਕਿਸੇ ਨੂੰ ਲਾਲਚ ਦੇ ਦੇਣਾ, ਕਿਸੇ ਸਰਦਾਰ ਨੂੰ, ਕਿਸੇ ਫੌਜ ਨੂੰ ਪੈਸੇ ਵਧਾਉਣ ਦਾ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਖੁਦਗਰਜੀ ਦੀ ਦੌੜ ਇੰਨੀ ਲੱਗ ਗਈ ਕਿ ਲੋਥਾਂ ਦੇ ਬੁਰਜ ਉਸਾਰ ਕੇ ਬਲਦੇ ਹੋਏ ਸਿਵਿਆਂ ਨੂੰ ਉਲੰਘ ਕੇ ਅਤੇ ਉਸ ਜਲ ਰਹੇ ਸਿੱਖ ਰਾਜ ਦੀ ਜਿਹੜੀ ਰਾਖ ਸੀ ਨਾ ਉਹਦੇ ਨਾਲ ਫਿਰ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਇੱਕ ਸਾਜਿਸ਼ ਅਧੀਨ ਹੀ ਆਪਾਂ ਕਹਿ ਸਕਦੇ ਤਾਜਪੋਸ਼ੀ ਜਾਂ ਮਜਬੂਰੀ ਅਧੀਨ ਤਾਜਪੋਸ਼ੀ ਕੀਤੀ। ਔਰ ਇੰਨਾ ਕੁਝ ਹੋਇਆ, ਬਾਬਾ ਵੀਰ ਸਿੰਘ ਜੀ ਵਰਗੇ ਗੁਰਮੁਖ ਪਿਆਰੇ ਸੰਤ ਜਿਨ੍ਹਾਂ 'ਤੇ ਫੌਜਾਂ ਚਾੜ ਦਿੱਤੀਆਂ, ਪਰ ਅੱਗੋਂ ਉਹਨਾਂ ਦਾ ਵੇਖੋ ਫੌਜਾਂ ਚੜ੍ਹ ਕੇ ਆਈਆਂ ਨੇ, ਪਤਾ ਲੱਗਾ ਵੀ ਮਹਾਂਪੁਰਖੋ ਦੱਸਿਆ ਬਾਬਾ ਜੀ ਫੌਜਾਂ ਚੜ੍ਹ ਕੇ ਆਈਆਂ ਨੇ, ਕੌਣ ਨੇ ਦੱਸਿਆ, ਸਿੱਖ ਫੌਜਾਂ ਨੇ। ਬਾਬਾ ਵੀਰ ਸਿੰਘ ਜੀ ਹੋਰਾਂ ਕੋਲ ਆਪਣੇ ਹਥਿਆਰਬੰਦ ਸੂਰਮੇ ਨੇ, ਆਪਣਾ ਸਾਜੋ ਸਮਾਨ ਹੈ, ਲੜਾਕੇ ਨੇ, ਉਹ ਆਖਣਗੇ ਭਰਾ ਨੇ ਨਾ ਚੜ੍ਹ ਕੇ ਆਏ ਨੇ, ਤੁਸੀਂ ਹੱਥ ਨਹੀਂ ਚੁੱਕਣਾ, ਭਰਾ ਮਾਰੂ ਜੰਗ ਵਿੱਚ ਅਸੀਂ ਨਹੀਂ ਪੈਣਾ, ਫਿਰ ਬਾਬਾ ਜੀ ਸਾਨੂੰ ਕੀ ਹੁਕਮ ਹੈ। ਉਹ ਆਖਣ ਲੱਗੇ ਜਿਹੜੀਆਂ ਵੱਡੀਆਂ ਦੇਗਾਂ ਨੇ ਉਹਨਾਂ ਵਿੱਚ ਲੰਗਰ ਤਿਆਰ ਕਰਨਾ ਸ਼ੁਰੂ ਕਰੋ। ਉਹ ਆਖਣ ਲੱਗੇ ਉਹ ਹਥਿਆਰ ਲੈ ਕੇ ਆ ਰਹੇ ਨੇ, ਇੱਥੇ ਤਾਂ ਜਿਹੜੀ ਸੰਗਤ ਹੈ ਬਹੁਤ ਥੋੜ੍ਹੀ ਹੈ, ਇਹਨਾਂ ਲੰਗਰ ਕੀ ਕਰਨੇ। ਉਹ ਆਖਣ ਲੱਗੇ ਜਿਹੜੇ ਭਰਾ ਸਾਡੇ ਚੜ੍ਹ ਕੇ ਸਾਡੇ 'ਤੇ ਆ ਰਹੇ ਨੇ, ਸਾਨੂੰ ਪਤਾ ਇਸ ਗੱਲ ਦਾ ਵੀ ਉਹਨਾਂ ਨੇ ਸਾਨੂੰ ਮਾਰ ਦੇਣਾ, ਔਰ ਅਸੀਂ ਜਾਨ ਦੀ ਬਾਜ਼ੀ ਲਾ ਕੇ ਬੈਠੇ ਹਾਂ, ਪਰ ਅਕਸਰ ਭਰਾ ਨੇ ਭੁੱਖੇ ਆਉਣਗੇ, ਕਿੱਥੇ ਲੰਗਰ ਤਿਆਰ ਕਰਦੇ ਫਿਰਨਗੇ, ਕੋਈ ਬਣਿਆ ਹੋਇਆ ਲੰਗਰ ਹੋਏਗਾ, ਛੱਕ 'ਤੇ ਲੈਣਗੇ। ਇੱਕ ਪਾਸੇ ਇਹ ਬਿਰਤੀ ਅਤੇ ਇੱਕ ਪਾਸੇ ਉਹ ਬਿਰਤੀ ਵੀ ਅਜਿਹੇ ਮਹਾਂਪੁਰਖਾਂ ਨੂੰ ਵੀ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ। ਡੋਗਰਿਆਂ ਨੇ ਅੰਦਰ ਖਾਤੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਲਿਆ, ਕਿੰਨੇ ਕੀ ਲੈਣਾ ਇਹ ਵੀ ਵੰਡੀਆਂ ਪਾ ਲਈਆਂ। ਔਰ ਜੋ ਉਸ ਵੇਲੇ ਦੇ ਹਾਲਾਤ ਸਨ, ਮਹਾਰਾਣੀ ਜਿੰਦ ਕੌਰ ਬੈਠੀ
ਪੱਥਰ ਦਾ ਕਲੇਜਾ ਮਾ ਕੇ ਬੈਠੀ ਵੇਖ ਰਹੀ ਹੈ। ਚਾਰਾ ਕੁਝ ਨਹੀਂ ਚੱਲਿਆ, ਬੇਵੱਸ ਹੈ। ਚਾਰ ਚੁਫੇਰਾ ਵੇਖਿਆ, ਕੌਣ ਸਿੱਖ ਰਾਜ ਦਾ ਹਾਮੀ ਹੈ, ਕੌਣ ਹਮਦਰਦ ਹੈ, ਕੌਣ ਦੁਖੀ ਹੈ। ਜਦੋਂ ਚਾਰ ਚੁਫੇਰੇ ਨਿਗਾਹ ਮਾਰੀ ਤੇ ਉਹਨੂੰ ਚਾਰ ਚੁਫੇਰੇ ਸਾਜਿਸ਼ਕਾਰ ਜਾਂ ਸਵਾਰਥੀ ਨਜ਼ਰ ਆਏ। ਫਿਰ ਸੋਚ ਸਾਜ ਕੇ ਅਖੀਰ ਉਹਨੇ ਇੱਕ ਸਰਦਾਰ ਜਿਹਦੇ 'ਤੇ ਨਿਗਾਹ ਗਈ, ਮਹਾਰਾਜਾ ਸ਼ਾਮ ਸਿੰਘ ਅਟਾਰੀ। ਸ਼ਾਮ ਸਿੰਘ ਅਟਾਰੀ ਨੂੰ ਮਹਾਰਾਣੀ ਨੇ ਚਿੱਠੀ ਲਿਖੀ। ਜੋ ਬੜਾ ਸੋਹਣਾ ਸੀਤਲ ਜੀ ਨੇ ਲਿਖਿਆ ਕਿ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿਚਾਰ ਸਿੰਘਾ ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਏ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਹਨੂੰ ਹਾਰਦੇ ਕਿਉਂ ਮਿਹਣੇ ਜੱਗ ਦੇਂਦਾ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਨਾਲ। ਫਿਰ ਉਹਨੇ ਇੱਕ ਗੱਲ ਜਿਹੜੀ ਇੱਕ ਲਾਈਨ ਵਿੱਚ ਸਾਰਾ ਨਟਸ਼ਲ ਲਿਖਿਆ, ਕਹਿੰਦੀ ਤੇਗ ਸਿੰਘਾਂ ਦੀ ਤੇ ਖੂੰਡੀ ਨਹੀਂ ਹੋ ਗਈ ਹੈ ਪਰ ਆਪਣੇ ਹੋ ਗਏ ਗਦਾਰ ਸਿੰਘ। ਹਾਲਾਤ ਅੱਜ ਦੇ ਵੀ ਇਹੀ ਹੀ ਨੇ, ਸਿੱਖੀ ਜਜ਼ਬਾ ਖਤਮ ਨਹੀਂ ਹੋਇਆ ਪਰ ਆਪਣੇ ਧੋਖਾ ਕਰ ਗਏ। ਤੇਗ ਸਿੰਘਾਂ ਦੀ ਤੇ ਖੂੰਡੀ ਨਹੀਂ ਹੋ ਗਈ ਹੈ ਪਰ ਆਪਣੇ ਹੋ ਗਏ ਗਦਾਰ ਸਿੰਘਾ। ਅਜੇ ਸਮਾਂ ਹੀ ਵਕਤ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਉਹ ਲਹਿੰਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਜੋਧਿਆ ਆਨ ਰੱਖ ਲੈ। ਜਦੋਂ ਸ਼ਾਮ ਸਿੰਘ ਨੇ ਚਿੱਠੀ ਪੜ੍ਹੀ, ਅੰਦਾਜ਼ਾ ਲਾਉਣਾ ਔਖਾ ਨਹੀਂ ਸੀ, ਔਰ ਆਪਣੀ ਕਿਰਪਾਨ ਉਹਨੇ ਬੇਮਿਆਨ ਕੀਤੀ, ਆਪ ਚਿੱਟੀ ਪੁਸ਼ਾਕ ਪਾਈ, ਆਪਣੀ ਘੋੜੀ ਤਿਆਰ ਕੀਤੀ, ਆਪਣੀ ਘਰਵਾਲੀ ਨੂੰ ਆਪਣੀ ਨਿਸ਼ਾਨੀ ਦੇ ਤੌਰ 'ਤੇ ਦੇ ਕੇ ਤਲਵਾਰ ਆਖਣ ਲੱਗਾ, ਮੈਂ ਹੁਣ ਚੱਲਿਆ, ਮੈਂ ਸਿਰ 'ਤੇ ਕੱਫਣ ਬੰਨ ਕੇ ਚੱਲਿਆ, ਜਾਂ ਤਾਂ ਰਾਜ ਭਾਗ ਕਾਇਮ ਹੋ ਗਿਆ ਅਤੇ ਮੈਂ ਮੁੜ ਕੇ ਇੱਥੇ ਸਹੀ ਸਲਾਮਤ ਆ ਜਾਵਾਂਗਾ, ਜੇ ਨਾ ਹੋਇਆ ਤਾਂ ਫਿਰ ਮੈਂ ਸ਼ਹਾਦਤ ਪਾਵਾਂਗਾ ਆਪਣੇ ਉਸ ਗੁਰੂ ਪੰਥ ਦੇ ਨਾਂ 'ਤੇ। ਤੇਜਾ ਸਿੰਘ ਅਤੇ ਲਾਲ ਸਿੰਘ ਜਿਹੜੇ ਜਨਰੈਲ ਸਨ ਉਹ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲ ਗਏ। ਫੌਜ ਦੀ ਸਾਰੀ ਬਣਤਰ, ਕਿਹੜਾ ਸਮਾਨ ਕਿੱਥੇ ਹੈ, ਕਿੱਥੇ ਤੋਪਾਂ ਨੇ, ਕਿੱਥੇ ਗੋਲਾਬਾਰੀ ਹੋਣੀ ਹੈ, ਕਿੱਥੇ ਬੰਦੂਕਚੀ ਨੇ, ਕਿਹੜਾ ਪਾਸਾ ਕਮਜ਼ੋਰ ਹੈ, ਕਿਹੜਾ ਪਾਸਾ ਜ਼ਿਆਦਾ, ਕਿੱਥੇ ਜੰਗ ਕਿਸ ਪਾਸੇ 'ਤੇ ਹੱਲਾ ਕਰਨਾ ਉਚਿਤ ਰਹੇਗਾ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਸੂਹ ਜਿਹੜੀ ਉਹ ਦਿੰਦੇ ਰਹੇ। ਇੱਥੇ ਇਹ ਵੀ ਦੱਸਦਿਆਂ ਕਿ ਇਹ ਤੋਂ ਪਹਿਲਾਂ ਵੀ ਅੰਗਰੇਜ਼ਾਂ ਨਾਲ ਜੰਗਾਂ ਹੋਈਆਂ। ਇੱਕ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਈ ਸਿਆਣੇ ਮਨੁੱਖ ਕਮਜ਼ੋਰੀ ਨਹੀਂ, ਇੱਕ ਪੋਲੀਟੀਕਲ ਫੈਸਲਾ, ਗਲਤ ਫੈਸਲਾ ਗਿਣਦੇ ਨੇ ਕਿ ਸਤਲੁਜ ਤੋਂ ਪਰਲਾ ਜਿਹੜਾ ਪਾਸਾ ਹੈ ਉੱਥੇ ਵੀ ਜੇ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਜਿੰਨੀ ਦਹਿਸ਼ਤ ਸੀ, ਜਿੰਨੀ ਤਾਕਤ ਸੀ, ਅਤੇ ਉੱਧਰ ਕਬਜ਼ਾ ਕਰਕੇ ਉਹਨੂੰ ਆਪਣੇ ਵਿੱਚ ਮਿਲਾ ਸਕਦੇ ਸਨ। ਪਰ ਚਲੋ, ਬਹੁਤੇ ਦੁਸ਼ਮਣ ਨਾ ਬਣਾਉਣ ਨਾਲੋਂ ਉਹਨਾਂ ਨੇ ਅੰਗਰੇਜ਼ਾਂ ਨਾਲ ਸੁਲਹਾ ਸਫਾਈ ਕਰਨੀ ਜਿਹੜੀ ਹੈ ਉਹ ਜ਼ਿਆਦਾ ਚੰਗੀ ਸਮਝੀ। ਉਹ ਹਾਲਾਤਾਂ ਨੂੰ ਉਹ ਬਿਹਤਰ ਜਾਣਦੇ ਨੇ, ਸਾਨੂੰ ਇੱਥੋਂ ਦੂਰੋਂ ਬੈਠ ਕੇ ਗੱਲ ਕਰਨੀ ਜਿਹੜੀ ਹੈ ਉਹ ਜ਼ਿਆਦਾ ਚੰਗੀ ਲੱਗਦੀ ਹੈ। ਪਰ ਜਦੋਂ ਅੱਗੇ ਫੇਰੂ ਅਤੇ ਮੁਦਕੀ ਦੇ ਜੰਗ ਹੋਏ ਨੇ, ਉੱਥੇ ਭਾਵੇਂ ਉੱਥੇ ਸਿੱਖਾਂ ਦੀ ਹਾਰ ਜਾਂ ਜੋ ਮਰਜ਼ੀ ਆਖ ਲਓ, ਪਰ ਜਿਨ੍ਹਾਂ ਨੇ ਉਹ ਗੱਲ ਅੱਖੀਂ ਵੇਖੀ, ਜਿਨ੍ਹਾਂ ਨੇ ਵੇਖ ਕੇ ਉਹ ਲਿਖਿਆ, ਉਹ ਦੱਸਦੇ ਨੇ ਅਸਲ 'ਚ ਸਿੱਖ ਹਾਰੇ ਨਹੀਂ, ਉਹ ਹਰਾਏ ਗਏ। ਕਿਉਂਕਿ ਪਹਾੜਾ ਸਿੰਘ ਵਰਗਿਆਂ ਨੇ ਆ ਕੇ ਸਾਰੀਆਂ ਰਿਪੋਰਟਾਂ ਦੇ ਕੇ, ਭੱਜ ਅੰਗਰੇਜ਼ ਵੀ ਗਏ ਨੇ ਪਰ ਉਹਨਾਂ ਨੂੰ ਮੋੜ ਕੇ ਲਿਆ ਕੇ ਉੱਥੇ ਜਿੱਤ ਦੇ ਝੰਡੇ ਜਿਹੜੇ ਨੇ ਜਕਾਰੇ ਗਜਵਾ ਦਿੱਤੇ। ਸ਼ਾਹ ਮੁਹੰਮਦ ਲਿਖਦਾ, ਆਈਆਂ ਪੜਤਲਾਂ ਬੀੜ ਕੇ ਤੋਪ ਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਮੇਵਾ ਸਿੰਘ ਅਤੇ ਮਾਖੇ ਖਾਂ ਹੋਏ ਸਿੱਧੇ, ਥੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ, ਤੋੜ ਦਿੱਤੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਤੋੜ ਵਿਛੋੜ ਦਿੱਤੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। ਕਿਤੇ ਸ਼ਾਹ ਮੁਹੰਮਦ ਦਾ ਜੰਗਨਾਮਾ ਕਿਤੇ ਆਪਾਂ ਪੜ੍ਹੀਏ, ਪਤਾ ਲੱਗਦਾ ਕਿਸ ਢੰਗ ਨਾਲ ਸਿੰਘਾਂ ਨੇ ਜੰਗ ਕੀਤਾ, ਕੀ ਹਾਲਤ ਸੀ ਉਦੋਂ ਗੋਰਿਆਂ ਦੀ ਅੰਗਰੇਜ਼ਾਂ ਦੀ। ਇਹ ਵੱਖਰੀ ਗੱਲ ਹੈ, ਆਪਣੇ ਗਦਾਰ ਬਣ ਗਏ ਅਤੇ ਉਹਨਾਂ ਨੇ ਜਿਹੜੀ ਆ ਉਹ ਜਿੱਤ ਵੀ ਹਾਰ ਵਿੱਚ ਬਦਲ ਦਿੱਤੀ। ਆਉਂਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨਹੀਂ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ, ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਢਾਉਂਦੇ ਸਣੇ ਅੰਬਾਰੀਆਂ ਨਹੀਂ, ਅਤੇ ਸ਼ਾਹ ਮੁਹੰਮਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਤੋਪਚੀ ਖਰੀਦ ਲਏ ਲਾਲ ਸਿੰਘ ਅਤੇ ਤੇਜਾ ਸਿੰਘ ਵਰਗਿਆਂ ਨੇ, ਉਹ ਜਿੱਧਰ ਅੰਗਰੇਜ਼ ਫੌਜਾਂ ਉਹ ਤੋਂ ਦੂਜੇ ਪਾਸੇ ਵੱਲ ਮੂੰਹ ਕਰਕੇ ਤੋਪਾਂ ਦੇ ਗੋਲੇ ਦਾਗੀ ਜਾਂਦੇ ਨੇ। ਕਮਾਂਡਰ ਤੇਜਾ ਸਿੰਘ ਅਤੇ ਲਾਲ ਸਿੰਘ ਪਿੱਛੋਂ ਜੋ ਬਰੂਦ ਆਇਆ, ਬਰੂਦ ਵਿੱਚ ਸਰੋਂ ਅਤੇ ਰੇਤਾਂ ਦੀਆਂ ਬੋਰੀਆਂ ਲਿਆ ਕੇ ਉੱਥੇ ਰੱਖ ਗਏ ਅਤੇ ਆਪ ਪਿੱਛੇ ਨੂੰ ਭੱਜ ਗਏ। ਦਰਿਆ 'ਤੇ ਬਣਿਆ ਹੋਇਆ ਪੁਲ ਜਿਹੜਾ ਬੇੜੀਆਂ ਦਾ ਜਾਣ ਲੱਗੇ ਉਹ ਵੀ ਤੋੜ ਗਏ ਅਤੇ ਰੌਲੀ ਪਾ ਗਏ, ਪਰ ਚਲੋ ਅੰਗਰੇਜ਼ ਆ ਗਏ ਨੇ, ਅੰਗਰੇਜ਼ ਆ ਗਏ ਨੇ। ਜਦੋਂ
ਇਹ ਭਾਜੜ ਪੈਣ ਲੱਗੀ ਸਰ ਸ਼ਾਮ ਸਿੰਘ ਅਟਾਰੀ ਨੇ ਆਪ ਸ੍ਰੀ ਸਾਹਿਬ ਸੂਤ ਕੇ ਕਿਰਪਾਨ ਮਿਆਨੋਂ ਕੱਢ ਕੇ ਸਿਰ 'ਤੇ ਕੱਫਣ ਬੰਨਿਆ ਹੋਇਆ, ਚਿੱਟੀ ਪੁਸ਼ਾਕ ਪਾਈ ਹੋਈ ਹੈ, ਚਿੱਟੀ ਘੋੜੇ 'ਤੇ ਸਵਾਰ ਨੇ ਔਰ ਰੋਕ ਰਹੇ ਨੇ, ਸਿਪਾਹੀਆਂ ਨੂੰ ਪ੍ਰੇਰ ਰਹੇ ਨੇ, ਵਿੱਚ ਘੁੰਮ ਰਹੇ ਨੇ। ਉਹ ਆਖ ਰਹੇ ਨੇ, ਗੁਰੂ ਕੇ ਸਿੱਖੋ, ਅੱਜ ਸਿੱਖ ਰਾਜ ਦੀ ਆਨ ਸ਼ਾਨ ਰੱਖਣ ਦੀ ਗੱਲ ਹੈ, ਅੱਜ ਨਿਸ਼ਚੈ ਕਰ ਆਪਣੀ ਜੀਤ ਕਰੋਂ ਦੀ ਗੱਲ ਹੈ, ਅੱਜ ਜੂਝ ਮਰੋਂ ਦੀ ਗੱਲ ਹੈ। ਜੇ ਇਸ ਕਿਸੇ ਮਨੁੱਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਜੋ ਸਿਧਾਂਤ ਹੈ ਉਹਦੇ 'ਤੇ ਅਮਲ ਕਰਨਾ ਹੈ, ਖਾਲਸਾ ਹੋ ਤੁਸੀਂ ਔਰ ਗੁਰੂ ਕੇ ਪਿਆਰਿਓ, ਆਖਰੀ ਦਮ ਤੱਕ ਲੜਨਾ, ਅੱਜ ਕੋਸ਼ਿਸ਼ ਕਰੋ। ਪਿੱਛੇ ਫੌਜ, ਪਿੱਛੇ ਪੁਲ ਤੋੜ ਦਿੱਤਾ ਗਿਆ, ਦਰਿਆ ਪਾਸੇ ਵੀ ਮੌਤ ਹੈ, ਇੱਧਰ ਸਾਹਮਣੇ ਵੀ ਮੌਤ ਹੈ, ਪਰ ਜੇ ਮਰਦਾਂ ਦੀ ਮੌਤ ਆਪਾਂ ਮਰਾਂਗੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਵਿਰਾਜਾਂਗੇ, ਬੁਝਦਲੀ ਕਾਇਰਤਾ ਨਾਲ ਜੇ ਆਪਾਂ ਮਰੇ ਤਾਂ ਗੱਲ ਯਾਦ ਰੱਖਿਓ, ਦਰ ਦਰ ਦੀਆਂ ਠੋਕਰਾਂ ਖਾਵਾਂਗੇ। ਔਰ ਸਾਰਿਆਂ ਨੂੰ ਪ੍ਰੇਰ ਕੇ ਉੱਥੇ ਖੜ੍ਹਾ ਕਰਦਾ ਹੋਇਆ ਵਿੱਚ ਘੁੰਮ ਰਿਹਾ, ਪਰ ਜਿਹੜੇ ਭੱਜ ਗਏ, ਇੱਕ ਮੈਂ ਇੱਥੇ ਵੀ ਜ਼ਿਕਰ ਕਰਦੇ ਹਾਂ, ਉਹਨਾਂ ਵਿੱਚੋਂ ਕੁਛ ਇੱਕ ਨੇ ਆਪਣੀ ਜੀਵਨ ਗਾਥਾ ਜਾਂ ਕਿਸੇ ਨੂੰ ਜੋ ਜੀਵਨ ਗਾਥਾ ਆਪਣੀ ਸੁਣਾਈ, ਉਹ ਦੱਸਦੇ ਨੇ ਭਿਖਾਰੀਆਂ ਦੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ। ਹੱਥ ਵਿੱਚ ਕਾਸੇ ਲੈ ਕੇ ਦਰ ਦਰ ਮੰਗਦੇ ਰਹੇ। ਉਹਨੂੰ ਪੁੱਛਿਆ ਗਿਆ, ਤੁਸੀਂ ਸਿੱਖ ਫੌਜ ਵਿੱਚ ਰਹੇ ਅਤੇ ਤੁਹਾਡੀ ਇਹ ਹਾਲਤ ਕਿਉਂ? ਉਹ ਆਖਣ ਲੱਗੇ, ਸਾਡੀ ਹਾਲਤ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਕਿਸਮਤ ਦੀ ਮਾਰ ਨਹੀਂ ਪਈ ਹੋਈ, ਅਸੀਂ ਸਰਦਾਰ ਸ਼ਾਮ ਸਿੰਘ ਦਾ ਹੁਕਮ ਨਹੀਂ ਮੰਨਿਆ, ਅਸੀਂ ਸਰਦਾਰ ਸ਼ਾਮ ਸਿੰਘ ਨੂੰ ਪਿੱਠ ਦੇ ਕੇ ਆ ਗਏ ਸਾਂ, ਸਾਨੂੰ ਉਸ ਦਿੱਤੀ ਹੋਈ ਪਿੱਠ ਜਿਹੜੀ ਹੈ ਔਰ ਉਸ ਗੱਲ ਦਾ ਨਤੀਜਾ ਅਸੀਂ ਅੱਜ ਭੁਗਤ ਰਹੇ ਹਾਂ, ਸਾਨੂੰ ਉਸ ਗੁਰਮੁਖ ਪਿਆਰੇ ਦਾ ਸਰਾਫ ਲੱਗ ਗਿਆ ਕਹਿ ਲਓ, ਜਾਂ ਉਹਦੀ ਹਾਹ ਲੱਗ ਗਈ, ਅਸੀਂ ਤਾਂ ਕਰਕੇ ਸਾਡੀ ਬੱਤਰ ਜਿਹੜੀ ਹੈ ਉਹ ਜ਼ਿੰਦਗੀ ਬਣ ਗਈ ਹੈ, ਉਹਦੇ ਹੁਕਮ ਦੀ ਉਲੰਘਣਾ ਕੀਤੀ। ਔਰ ਸ਼ਾਮ ਸਿੰਘ ਨੇ ਆਪ ਤਲਵਾਰ ਫੜ ਕੇ ਜਿਸ ਢੰਗ ਨਾਲ ਤਲਵਾਰ ਵਾਹੀ, ਜਿਸ ਢੰਗ ਨਾਲ ਗੋਰਿਆਂ ਦੇ ਦੰਦ ਖੱਟੇ ਕੀਤੇ, ਦੱਸਦੇ ਨੇ ਜਦੋਂ ਜੰਗ ਸਮਾਪਤ ਹੋਈ ਉਹਦੇ ਟਹਿਲੂਏ ਸਰਦਾਰ ਦੀ ਲਾਸ਼ ਲੱਜਣ ਲੱਗ ਗਏ ਅਤੇ ਵੇਖਦੇ ਵੇਖਦੇ ਜਿੱਥੇ ਸਭ ਤੋਂ ਵੱਡਾ ਲੋਥਾਂ ਦਾ ਢੇਰ ਲੱਗਾ ਹੋਇਆ ਸੀ ਉੱਥੇ ਸਰਦਾਰ ਦੀ ਲਾਸ਼ ਪਈ ਹੋਈ ਸੀ, ਜਿਹਦੇ 'ਤੇ 7 ਗੋਲੀਆਂ ਸਰਦਾਰ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਸਨ ਅਤੇ ਜ਼ਖਮਾਂ ਦੀ ਜਿਹੜੀ ਗਿਣਤੀ ਉਹ ਅਣਗਿਣਤ ਸੀ। ਔਰ ਇੰਨੀਆਂ ਗੋਲੀਆਂ ਖਾ ਕੇ, ਇੰਨੇ ਜ਼ਖਮ ਲੈ ਕੇ ਔਰ ਫਿਰ ਵੀ ਹੱਥੋਂ ਸ੍ਰੀ ਸਾਹਿਬ ਨੇ ਛੱਡੀ, ਹੱਥ ਵਿੱਚ ਘੁੱਟ ਕੇ ਕਿਰਪਾਨ ਕਿਰਪਾਨ ਜਿਹੜੀ ਆ ਉਹ ਫੜੀ ਹੋਈ ਸੀ, ਸ਼ਹਾਦਤ ਦੇ ਗਿਆ ਗੁਰਮੁਖ ਪਿਆਰਿਆ। ਟੋਗਰਿਆਂ ਦੀ ਗਦਾਰੀ ਆਪਾਂ ਗੱਲ ਕਰਦੇ ਹਾਂ, ਕੋਈ ਸ਼ੱਕ ਨਹੀਂ ਸਿੱਖ ਰਾਜ ਨੂੰ ਤਬਾਹ ਕਰਨ ਵਿੱਚ ਸਭ ਤੋਂ ਵੱਡਾ ਜਿਹੜਾ ਹਿੱਸਾ ਉਹ ਇਹਨਾਂ ਦਾ, ਪਰ ਇਸ ਦੇ ਨਾਲ ਜੇ ਆਪਾਂ ਦੂਜੇ ਪਾਸੇ ਚਲੇ ਜਾਈਏ ਜਿਨ੍ਹਾਂ ਨੂੰ ਅਸੀਂ ਬੜੇ ਧਰਮੀ ਗਿਣਦੇ ਹਾਂ, ਰਾਜਨੀਤਿਕ ਗਿਣਦੇ ਹਾਂ, ਜਾਂ ਜਿਹੜੇ ਮਖੌਟਾ ਪਾ ਕੇ ਬੈਠੇ ਨੇ ਕਿ ਅਸੀਂ ਜੀ ਡੈਮੋਕ੍ਰੈਟਿਕ ਕੰਟਰੀ ਹਾਂ ਔਰ ਡੈਮੋਕ੍ਰੈਸੀ ਵਿੱਚ ਯਕੀਨ ਕਰਦੇ ਹਾਂ, ਮੇਰੀ ਮੁਰਾਦ ਹੈ ਇੱਥੋਂ ਦੇ ਅੰਗਰੇਜ਼ਾਂ ਦੇ ਗੋਰਿਆਂ ਦੇ, ਜੋ ਵਿਸਾਘਾਤ ਜੋ ਧੋਖਾ ਇਹਨਾਂ ਨੇ ਕੀਤਾ ਉਹ ਡੋਗਰਿਆਂ ਨਾਲੋਂ ਕਿਤੇ ਘੱਟ ਨਹੀਂ। ਮਹਾਰਾਜਾ ਦਲੀਪ ਸਿੰਘ ਨੂੰ ਅਤੇ ਮਹਾਰਾਣੀ ਜਿੰਦਾਂ ਨੂੰ ਇਹਨਾਂ ਨੇ ਡੋਗਰਿਆਂ ਦੇ ਨਾਲ ਹੀ ਰਲ ਕੇ ਵੱਖ ਵੱਖ ਥਾਵਾਂ 'ਤੇ ਨਜ਼ਰਬੰਦ ਕਰ ਦਿੱਤਾ, ਇੱਕ ਦੂਜੇ ਤੋਂ ਦੂਰ ਕਰ ਦਿੱਤਾ। ਔਰ ਫਿਰ ਇੱਥੇ ਨਹੀਂ, ਇਕੱਲਾ ਦੂਰ ਨਹੀਂ ਕੀਤਾ, ਦੋਵਾਂ ਨੂੰ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਦੇ ਬੀਜ ਬੀਜ ਦਿੱਤੇ। ਪੁੱਤਰ ਨੂੰ ਆਖ ਦਿੱਤਾ, ਮਹਾਰਾਣੀ ਜਿੰਦਾਂ ਅੰਗਰੇਜ਼ਾਂ ਨਾਲ ਰਲ ਗਈ ਹੈ, ਉਹ ਸਿੱਖ ਰਾਜ ਨੂੰ ਤਬਾਹ ਕਰਨਾ ਚਾਹੁੰਦੀ ਹੈ, ਅਤੇ ਮਹਾਰਾਣੀ ਜਿੰਦਾਂ ਨੂੰ ਇਹ ਆਖੀ ਗਿਆ ਵੀ ਪੁੱਤਰ ਤੈਨੂੰ ਮਿਲਣਾ ਨਹੀਂ ਚਾਹੁੰਦਾ। ਜਿਸ ਮਹਾਰਾਣੀ ਦੇ ਇੱਕ ਇਸ਼ਾਰੇ 'ਚ ਅੱਗੇ ਲੱਖਾਂ ਜਵਾਨਾਂ ਦੇ ਜਿਹੜੇ ਨੇ ਸਿਰ ਨਿਭ ਜਾਂਦੇ ਸਨ, ਜਿਹਦੇ ਮੱਥੇ ਦੇ ਉੱਤੇ ਜ਼ਰਾ ਕਾਈ ਜੇ ਤਣਾਅ ਨਾਲ ਹਜ਼ਾਰਾਂ ਜਵਾਨ ਜਿਹੜੇ ਸਨ ਉਹ ਕੰਬ ਜਾਂਦੇ ਸਨ, ਥਿੜਕ ਜਾਂਦੇ ਸਨ, ਖੌਰੇ ਕੀ ਵਰਤਾਰਾ ਵਰਤਣ ਵਾਲਾ ਹੈ, ਜਿਹਦੇ ਅੱਗੇ ਹਜ਼ਾਰਾਂ ਬਾਂਦੀਆਂ ਨੌਕਰ ਜਿਹੜੇ ਨੇ ਹੱਥ ਬੰਨ੍ਹ ਕੇ ਖੜੋਤੇ ਰਹਿੰਦੇ ਸਨ, ਉਸ ਮਹਾਰਾਣੀ ਜਿੰਦ ਕੌਰ ਦੀ ਉਹਨੂੰ ਨਗਨ ਕਰਕੇ ਜਿਹੜੀ ਆ ਤਲਾਸ਼ੀ ਲੈ ਕੇ ਫਿਰ ਉਹਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਜਿਹੜਾ ਉਹ ਕੈਦ ਕੀਤਾ ਗਿਆ। ਔਰ ਉਹ ਤੋਂ ਬਾਅਦ ਕੁਛ ਚਿਰ ਉੱਥੇ ਰੱਖਣ ਤੋਂ ਬਾਅਦ ਫਿਰ ਬਨਾਰਸ ਵਿੱਚ ਚਨਾਰ ਦੇ ਕਿਲੇ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਅਤੇ ਉਹਦੀ ਨਾਲ ਦੀ ਗੋਲੀ ਨੂੰ ਉੱਥੇ ਕੈਦ ਕੀਤਾ ਗਿਆ, ਜਿੱਥੋਂ ਇੱਕ ਗੋਲੀ ਦਾ ਭੇਸ ਧਾਰ ਕੇ ਮਹਾਰਾਣੀ ਜਿੰਦ ਕੌਰ ਮਹਾਰਾਣੀ ਹੁੰਦਿਆਂ ਹੋਇਆਂ ਮੋਢੇ 'ਤੇ ਗਾਗਰ ਰੱਖੀ ਪਾਣੀ ਲੈਣ ਦੇ ਬਹਾਨੇ ਉਸ ਚਨਾਰ ਦੇ ਕਿਲੇ ਵਿੱਚੋਂ ਨਿਕਲੀ ਔਰ ਨਿਕਲ ਕੇ ਥਾਂ ਥਾਂ 'ਤੇ ਠੇਡੇ ਖਾਂਦੀ, ਠੋਕਰਾਂ ਖਾਂਦੀ, ਸੱਪਾਂ ਦੀਆਂ ਸਿਰੀਆਂ ਮਿੜਦੀ, ਜੰਗਲਾਂ ਦੇ ਵਿੱਚ ਦੀ ਜਾਂਦੀ 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 ਉਸ ਇਸ ਤਰ੍ਹਾਂ ਦੀਆਂ ਕਰਦਿਆਂ ਅਖੀਰ ਜਾ ਕੇ ਨੇਪਾਲ ਦੇ ਲਾਗੇ ਜਾ ਕੇ ਪਹੁੰਚੀ। ਦੇਖੋ ਇੱਕ ਗੱਲ ਯਾਦ ਰੱਖੋ,
ਜੋ ਹਾਲਾਤ ਮਹਾਰਾਣੀ ਜਿੰਦ ਕੌਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਹੋਏ ਸਨ ਅਤੇ ਜੋ ਕੁਝ ਉਹ ਤੋਂ ਬਾਅਦ ਅੰਗਰੇਜ਼ਾਂ ਨੇ ਜਾਂ ਡੋਗਰਿਆਂ ਨੇ ਕੀਤੇ, ਇਹ ਤਖ਼ਤ ਤੋਂ ਤਖ਼ਤੇ ਦੀ ਦਾਸਤਾਂ ਆ। ਦੇਖੋ ਠੇਡੇ ਖਾ ਖਾ ਕੇ ਜਿੰਦਾਂ ਉੱਠ ਭੱਜੀ, ਕਿਧਰੇ ਨਹੀਂ ਤਕਦੀਰ ਨੇ ਢਾਹ ਦਿੱਤੀ। ਭੁੱਬਾਂ ਮਾਰ ਕੇ ਅਰਸ਼ 'ਤੇ ਫਰਸ਼ ਰੋਏ, ਨੀ ਤਾਂ ਹੋਣੀ ਏ ਕਿਹੀ ਸਜ਼ਾ ਦਿੱਤੀ। ਇਹ ਵੀ ਯਾਦ ਰਹੇ, ਇੱਕ ਗੱਲ ਬੇਨਤੀ ਕਰਾਂ, ਇਕੱਲੇ ਇਹਦੇ ਨਾਲ ਨਹੀਂ, ਕਮਰ ਨੌ ਨਿਹਾਲ ਸਿੰਘ ਦੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ, ਉਹਦੀ ਗਰਭਵਤੀ ਉਹਦੀ ਔਰਤ ਨੂੰ, ਰਾਣੀ ਨੂੰ, ਸ਼ਾਮ ਸਿੰਘ ਦੀ ਪੁੱਤਰੀ ਨਾਨਕੀ ਨੂੰ ਵੀ ਜ਼ਹਿਰ ਦੇ ਕੇ ਬੱਚਾ ਅਤੇ ਜੱਚਾ ਦੋਵਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਖੜਕ ਸਿੰਘ ਦੇ ਘਰਵਾਲੀ ਰਾਣੀ ਚੰਦ ਕੌਰ ਨੂੰ ਚੌਂ ਦਾਸੀਆਂ ਤੋਂ ਸੁੱਤੀ ਪਈ ਦੇ ਸਿਰ ਵਿੱਚ ਪੱਥਰ ਮਰਵਾ ਕੇ ਉਹਨੂੰ ਕਾਇਲ ਕਰ ਦਿੱਤਾ ਔਰ ਤਿੰਨ ਦਿਨ ਲਗਾਤਾਰ ਤੜਫਦੀ ਰੱਖਿਆ, ਤਿੰਨ ਦਿਨ ਤੜਫ ਤੜਫ ਕੇ ਮਰੀ। ਮਹਾਰਾਣੀ ਜਿੰਦ ਕੌਰ ਨੂੰ ਉਹਨੂੰ ਵੀ ਜਿਹੜਾ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇੱਕ ਵੱਖਰੀ ਗੱਲ ਹੈ ਕਿ ਕਿਸੇ ਤਰ੍ਹਾਂ ਕਰਕੇ, ਕਿਸੇ ਕਾਰਨ ਕਰਕੇ ਉਹ ਬਚ ਗਈ, ਨਹੀਂ ਹੋਈ। ਵੱਖ ਵੱਖ ਵਿਪਤਾਵਾਂ ਔਕੜਾਂ ਦਾ ਸਾਹਮਣੀ ਕਰਦੀ ਹੋਈ ਜਿੰਦ ਕੌਰ ਨੇਪਾਲ ਦੇ ਰਾਣੇ ਜੰਗ ਬਹਾਦਰ ਦੇ ਦਰਬਾਰ ਵਿੱਚ ਫਰਿਆਦੀ ਬਣ ਕੇ ਪੇਸ਼ ਹੋਈ ਔਰ ਉਹਦੇ ਕੋਲੋਂ, ਦੇਖੋ ਫਰਿਆਦੀ ਬਣ ਕੇ ਉਹਦੇ ਕੋਲੋਂ ਭੀਖ ਮੰਗਣੀ ਪਈ ਮਹਾਰਾਣੀ ਜਿੰਦ ਕੌਰ ਨੂੰ, ਜ਼ਿੰਦਗੀ ਦੀ ਭੀਖ ਮੰਗਣੀ ਪਈ, ਉਹਦੀ ਕੋਲੋਂ ਪਨਾਹ ਮੰਗੀ। ਐ ਸਿਆ ਵਖਤੀ ਮੈਂ ਕਾਇਲ ਹੂੰ ਤੇਰੀ ਤਸੀਰ ਕਾ, ਜਿਸ ਪੇ ਨਜ਼ਰ ਕੀ ਦਸ਼ਾਲੇ ਕੋ ਕਫਣ ਕਰ ਦੀਏ। ਸੀਤਲ ਜੀ ਨੇ ਬੜਾ ਸੁੰਦਰ ਇਹਦੇ ਬਾਰੇ ਲਿਖਿਆ ਸੀ, ਉਹ ਕਹਿੰਦੇ ਨੇ ਇਹ ਦੁਨੀਆ ਇੱਕ ਅਖਾੜਾ ਹੈ ਅਤੇ ਖਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੜਦੇ ਅਰਸ਼ 'ਤੇ ਪਲ ਵਿੱਚ ਪਟਕਦੇ ਫਰਸ਼ 'ਤੇ ਵੇਖੇ ਅਤੇ ਪੈਰਾਂ ਵਿੱਚ ਰੁੜਦੇ ਕਈ ਚੜ੍ਹੇ ਅਸਮਾਨ ਵੇਖੇ ਨੇ, ਤਖ਼ਤ 'ਤੇ ਬੈਠਿਆ ਹੈ ਵੇਖਿਆ ਬੇਘਰ ਗੁਲਾਮਾਂ ਨੂੰ, ਅਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ ਨੇ, ਜਿਨ੍ਹਾਂ ਮਹਿਲਾਂ 'ਚ ਕੱਲ੍ਹ ਤੀਕਰ ਸੀ ਹੁੰਦਾ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ, ਜਿਨ੍ਹਾਂ ਗਲ ਹੀਰਿਆਂ ਦੇ ਹਾਰ ਅਤੇ ਰੇਸ਼ਮ ਹਟਾਉਂਦੇ ਸੀ, ਉਹ ਬੇਹਾਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ। ਦੇਖੋ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ, ਦਰ ਮੰਗਣ ਪਿੱਖ ਨਾ ਪਾਏ ਦਾ। ਸਤਿਗੁਰੂ ਬਖਸ਼ ਲੈਣ ਕਿਸੇ 'ਤੇ ਅਜਿਹਾ ਨਾ ਹੋਵੇ, ਪਰ ਜਦੋਂ ਹੁੰਦਾ ਬਿਲਕੁਲ ਨਜ਼ਾਰਾ ਵੱਖਰਾ। ਜੋ ਕੁਛ ਮਹਾਰਾਣੀ ਨਾਲ ਹੋਇਆ, ਭਾਵੇਂ ਨੇਪਾਲ ਦੇ ਰਾਜੇ ਨੇ ਮਹਾਰਾਣੀ ਜਿੰਦ ਕੌਰ ਨੂੰ ਬੜੇ ਚੰਗੇ ਢੰਗ ਨਾਲ ਰੱਖਿਆ, ਪਰ ਪੁੱਤਰ ਨੂੰ ਦੇ ਖੁੱਸ ਜਾਣ ਦਾ, ਰਾਜ ਭਾਗ ਦੇ ਖੁੱਸ ਜਾਣ ਦਾ, ਪੁੱਤਰ ਦੇ ਵਿਛੋੜੇ ਦਾ ਜਿਹੜਾ ਗਮ ਹੈ, ਉਹਦੇ ਵਿਯੋਗ ਵਿੱਚ ਔਰ ਪ੍ਰਦੇਸ਼ਾਂ ਵਿੱਚ, ਜੰਗਲਾਂ ਵਿੱਚ, ਕਿਲ੍ਹਿਆਂ ਵਿੱਚ ਕੈਦ ਰਹਿ ਰਹਿ ਕੇ, ਤੱਕੇ ਖਾ ਖਾ ਕੇ 16 ਸਾਲ ਦੀ ਜ਼ਿੰਦਗੀ ਮਹਾਰਾਣੀ ਨੇ ਕੱਟੀ, ਔਰ 16 ਸਾਲਾਂ ਵਿੱਚ ਮਹਾਰਾਣੀ ਜਿੰਦ ਕੌਰ ਦੀ ਅੱਖਾਂ ਦੀ ਰੋ ਰੋ ਕੇ ਜਿਹੜੀ ਲੋਹ ਹੈ ਨਿਗਾਹ ਵੀ ਜਾਂਦੀ ਰਹੀ। ਔਰ ਇਹ ਕਿਰਤ ਘਣ ਅਤੇ ਵਿਸ਼ਵਾਸਘਾਤ ਦੀ ਆਪਾਂ ਇੰਤਹਾ ਹੀ ਆਖਰਾਂਗੇ। ਇੱਕ ਪਾਸੇ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਸਾਜ਼ਿਸ਼ਾਂ ਰਚ ਰਚ ਕੇ, ਗਲਤ ਗੱਲਾਂ ਦੱਸ ਦੱਸ ਕੇ ਆਪਣੀ ਮਾਤਾ ਦੇ ਖਿਲਾਫ਼ ਭੜਕਾਉਣਾ ਸ਼ੁਰੂ ਕੀਤਾ, ਔਰ ਇਹਨਾਂ ਲੋਕਾਂ ਨੇ ਕੀਤਾ, ਅੰਗਰੇਜ਼ਾਂ ਨੇ ਕੀਤਾ। ਸਿੱਖ ਧਰਮ ਤੋਂ ਦੂਰ ਕਰਨ ਲਈ ਫਿਰ ਈਸਾਈਅਤ ਦਾ ਪਾਠ ਪੜ੍ਹਾਉਣਾ ਸ਼ੁਰੂ ਕੀਤਾ, ਈਸਾਈਅਤ ਦੀ ਸੰਗਤ ਕਰਨੀ, ਈਸਾਈਅਤ ਦੀ ਪੜ੍ਹਾਈ ਸ਼ੁਰੂ ਕਰਾ ਦਿੱਤੀ ਗਈ। ਔਰ ਨਾਲ ਇੱਥੇ ਨਹੀਂ, ਮਹਾਰਾਜਾ ਦਲੀਪ ਸਿੰਘ ਦੀਆਂ ਇਸ਼ਾਵਾਂ ਦੇ ਖਿਲਾਫ਼ ਚੁਫੇਰੇ ਉਹਦੇ ਈਸਾਈਅਤ ਦਾ ਮਾਹੌਲ ਸਿਰਜ ਦਿੱਤਾ। ਉਹਦੇ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੀ ਨਾ ਕੋਈ ਸਿੱਖ ਇਤਿਹਾਸ ਨਾਲ ਨਾ ਧਰਮ ਨਾਲ ਸੰਬੰਧਿਤ ਉਹਨੂੰ ਪੁਸਤਕਾਂ ਕੋਈ ਗ੍ਰੰਥ ਮੁਹੱਈਆ ਕਰਵਾਇਆ ਗਿਆ, ਨਾ ਕੋਈ ਪ੍ਰਚਾਰਕ ਉਹਦੇ ਲਾਗੇ ਫਟਕਣ ਦਿੱਤਾ। ਈਵਨ 1853 ਵਿੱਚ ਉਹਦੀ ਇੱਛਾ ਦੇ ਉਲਟ ਉਹਦੇ ਕੇਸ ਕਤਲ ਕਰਵਾ ਕੇ ਉਹਨੂੰ ਪੱਕੇ ਤੌਰ 'ਤੇ ਕਿਸਮ ਦਾ ਈਸਾਈ ਬਣਾ ਲਿਆ ਗਿਆ। ਪਰ ਇੱਕ ਗੱਲ ਵੱਖਰੀ ਹੈ ਕਿ ਮਹਾਰਾਜਾ ਸਾਹਿਬ ਦੇ ਅੰਦਰ ਬਚੀ ਹੋਈ ਬੜੀ ਜਿਹੜੀ ਸੀ ਦੱਬੀ ਹੋਈ ਸਿੱਖੀ, ਅੰਦਰ ਜਿਹੜੀ ਦੱਬੀ ਹੋਈ ਸਿੱਖੀ ਸੀ, ਉਹ ਤੋਂ ਖਤਰਾ ਇਹ ਜ਼ਰੂਰ ਮਹਿਸੂਸ ਕਰਦੇ ਸਨ ਵੀ ਕਿਤੇ ਫੇਰ ਨਾ ਪੂੰਗਰ ਪਏ। 1854 ਵਿੱਚ ਚੂੰਕਿ ਪੰਜਾਬ ਵਿੱਚ ਹੈ,
ਕਿਤੇ ਵੀ ਚਿਣਗ ਲੱਗੀ ਤਾਂ ਉਹ ਵਿਰੋਧ ਬਣ ਕੇ ਫੜ ਸਕਦਾ। 1854 ਵਿੱਚ ਉੱਥੋਂ ਚੁੱਕ ਕੇ ਇਹ ਇੱਥੇ ਇੰਗਲੈਂਡ ਲੈ ਆਏ ਉਹਨੂੰ। ਕਿਉਂ? ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਇੱਥੇ ਆ ਕੇ ਹਰ ਸਹੂਲਤ ਦੇ ਕੇ, ਹਰ ਸੁੱਖ ਦੇ ਕੇ ਉਹਨੂੰ ਇਹਨਾਂ ਨੇ ਆਪਣਾ ਆਪਾ ਭੁਲਾਉਣਾ ਚਾਹਿਆ, ਆਪਣੇ ਧਰਮ ਤੋਂ ਉਹਨੂੰ ਦੂਰ ਕਰਨਾ ਚਾਹਿਆ। ਸ਼ਾਹੀ ਮਹਿਲਾਂ ਵਿੱਚ, ਉਸ ਸਾਰੇ ਖਾਨਦਾਨ ਵਿੱਚ, ਸ਼ਾਹੀ ਖਾਨਦਾਨ ਵਿੱਚ ਉਹਨੂੰ ਖੁੱਲ੍ਹ ਦੇ ਦਿੱਤੀ ਕਿ ਤੂੰ ਜਦੋਂ ਮਰਜ਼ੀ ਆ ਸਕਦਾ, ਜਦੋਂ ਮਰਜ਼ੀ ਜਾ ਸਕਦਾ, ਤੈਨੂੰ ਕੋਈ ਰੋਕੇਗਾ ਨਹੀਂ। ਇੰਨੀ ਖੁੱਲ੍ਹ ਦੇ ਦਿੱਤੀ ਗਈ, ਉਹਨੂੰ ਬੱਚਿਆਂ ਵਾਂਗੂ ਰੱਖਣਾ ਸ਼ੁਰੂ ਕਰ ਲਿਆ। ਪਰ ਕਾਰਨ ਬਿਲਕੁਲ ਸਾਫ ਸੀ ਕਿ ਉਹਨੂੰ ਉਸ ਵਿਰਸੇ ਤੋਂ ਦੂਰ ਕਰਨਾ ਚਾਹਿਆ। ਫਿਰ ਉਹ ਨੌਰਫਕ ਦੇ ਇਲਾਕੇ ਐਲਵੀਡਨ ਦੇ ਮਹਿਲਾਂ ਵਿੱਚ ਰਹਿਣ ਲੱਗਾ, ਜਿੱਥੇ ਜਰਮਨ ਮੂਲ ਦੀ ਲੜਕੀ ਬੰਬਾ ਮੂਲਰ ਨਾਲ ਉਹਦੀ ਸ਼ਾਦੀ ਹੋਈ, ਜਿਹਦੇ ਵਿੱਚੋਂ 3 ਲੜਕੇ ਅਤੇ 3 ਲੜਕੀਆਂ ਹੋਈਆਂ। ਅਤੇ ਮਹਾਰਾਜ ਦੇ ਮਨ ਵਿੱਚ ਜਿਹੜਾ ਕੁਦਰਤੀ ਹੈ, ਜੋ ਬਚਪਨ ਵਿੱਚ ਜਾਂ ਜੋ ਖੂਨ ਦੀ ਤਸੀਰ ਹੁੰਦੀ ਹੈ, ਉਹਦੇ ਵਿੱਚ ਆਪੇ ਪੰਜਾਬ ਪ੍ਰਤੀ ਮੋਹ ਠਾਠਾ ਮਾਰ ਰਿਹਾ ਸੀ, ਸਿੱਖੀ ਪ੍ਰਤੀ ਮਾਰ ਰਿਹਾ ਸੀ। ਉਹਨੇ ਪੰਜਾਬ ਜਾਣ ਦੀ ਇੱਛਾ ਬਹੁਤ ਵਾਰ ਜ਼ਾਹਰ ਕੀਤੀ, ਪਰ ਲੇਕਿਨ ਠੀਕ ਹੈ, ਆਪਣੇ ਪਾਪਾਂ ਦੇ ਡਰੋਂ ਮੈਂ ਤਾਂ ਇਹੀ ਆਖਾਂਗਾ ਕਿ ਕਿਤੇ ਇਹਨੂੰ ਗੱਲ ਦਾ ਪਤਾ ਨਾ ਲੱਗ ਜਾਏ, ਇਹਨੇ ਉਹਨੂੰ ਪੰਜਾਬ ਜਾਣ ਨਹੀਂ ਦਿੱਤਾ। ਤਕਰੀਬਨ 22-23 ਸਾਲ ਦੀ ਉਮਰ 'ਚ ਮਹਾਰਾਜਾ ਭਾਰਤ ਗਿਆ ਸ਼ਿਕਾਰ ਖੇਡਣ ਦੇ ਬਹਾਨੇ, ਔਰ ਕਲਕੱਤੇ ਤੋਂ ਅੱਗੇ ਨਹੀਂ ਮਹਾਰਾਜਾ ਸਾਹਿਬ ਨੂੰ ਜਾਣ ਦਿੱਤਾ। ਉੱਥੇ ਕੁਦਰਤੀ ਹੈ, ਬੜੀ ਨਫ਼ਰਤ ਪਾਈ, ਬੜੀ ਯਤਨ ਕੀਤਾ ਆਪਣੀ ਮਾਂ ਪ੍ਰਤੀ ਵੀ ਇਹਨਾਂ ਲੋਕਾਂ ਨੇ, ਪਰ ਅਖੀਰ ਵਿੱਚ ਅਕਸਰ ਮਾਂ ਤਾਂ ਮਾਂ ਹੀ ਹੈ ਨਾ। ਮਾਂ ਦੇ ਪਿਆਰ ਨੇ ਅੰਦਰੋਂ ਉਬਾਲਾ ਖਾਧਿਆ, ਉਹਨੇ ਆਪਣੀ ਮਾਤਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਇਹਨਾਂ ਦੇ ਮਨ ਵਿੱਚ ਵੀ ਇਹ ਗੱਲ ਆਈ ਵੀ ਹੁਣ ਤਾਂ ਬਹੁਤ ਸਮਾਂ ਅੱਧ ਜ਼ਿੰਦਗੀ ਦਾ ਲੰਘ ਚੱਲਿਆ, ਵੀ ਹੁਣ ਸਾਰਾ ਕੁਝ ਜਿਹੜਾ ਮਨ ਵਿੱਚੋਂ ਦਬਾ ਦਿੱਤਾ ਗਿਆ, ਪਰੇ ਕਰ ਦਿੱਤਾ ਗਿਆ, ਹੁਣ ਕੋਈ ਸ਼ਾਇਦ ਇੰਨਾ ਖਤਰਾ ਨਾ ਹੋਵੇ, ਦੂਜਾ ਹੈ ਵੀ ਪੰਜਾਬ ਤੋਂ ਦੂਰ। ਪੂਰੇ ਯਤਨ ਕਰਨ ਨਾਲ ਪਹਿਲੀ ਵਾਰ ਮਹਾਰਾਜਾ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਮਿਲਿਆ, ਔਰ ਮਾਂ ਜਿਹੜੀ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਚੁੱਕੀ ਸੀ, ਉਹਨੇ ਜਦੋਂ ਗਲਵਕੜੀ ਪਾਈ ਅਤੇ ਮਿਲਣ ਲਈ ਆਪਣੇ ਪੁੱਤਰ ਦੇ ਸਿਰ 'ਤੇ ਹੱਥ ਫੇਰਿਆ, ਹੱਥ ਫੇਰਿਆ ਅਤੇ ਸਿਰ ਦੇ ਉੱਤੇ ਕੇਸ ਮਹਿਸੂਸ ਨਾ ਹੋਏ। ਜਦੋਂ ਕੇਸ ਮਹਿਸੂਸ ਨਹੀਂ ਹੋਏ ਤਾਂ ਮਹਾਰਾਣੀ ਜਿੰਦ ਕੌਰ ਨੂੰ ਜਿਵੇਂ ਕਿਸੇ ਨੇ ਝਟਕਾ ਲੱਗਾ ਹੋਵੇ, ਤ੍ਰਭਕ ਗਈ, ਉਹਨੂੰ ਇਉਂ ਲੱਗਾ ਜਿਵੇਂ ਮੇਰਾ ਸਾਰਾ ਕੁਝ ਲੁੱਟਿਆ ਗਿਆ। ਅਤੇ ਉਹ ਆਪਣੇ ਪੁੱਤਰ ਨੂੰ ਮੁਖਾਤਬ ਹੋ ਕੇ ਉਹਨੇ ਗੱਲ ਆਖੀ, ਪੁੱਤਰਾ ਇਸ ਦਿਨ ਦੀ ਇੰਤਜ਼ਾਰ ਨਾਲੋਂ ਚੰਗਾ ਸੀ ਮੈਂ ਮਰ ਜਾਂਦੀ, ਮੈਨੂੰ ਇਹ ਦਿਨ ਦੇਖਣੇ ਨਾ ਰਹੇ। ਪੁੱਤਰਾ ਮੇਰਾ ਰਾਜ ਭਾਗ ਨਹੀਂ ਰਿਹਾ, ਮੇਰਾ ਪਤੀ ਨਹੀਂ ਰਿਹਾ, ਮੇਰਾ ਚੁਫੇਰਾ ਨਹੀਂ ਰਿਹਾ, ਮੇਰੇ ਕੋਈ ਸਾਕ ਸੰਬੰਧੀ ਸਾਥੀ ਨਹੀਂ ਰਿਹਾ, ਮੈਨੂੰ ਸੁੱਖ ਆਰਾਮ ਨਹੀਂ ਰਿਹਾ, ਮੈਂ ਕੈਦਾਂ ਕੱਟ ਲਈਆਂ, ਮੈਂ ਜੰਗਲਾਂ ਵਿੱਚ ਭੌਂ ਲਈ, ਪਰ ਲੇਕਿਨ ਪੁੱਤਰਾ ਮੈਨੂੰ ਦੁੱਖ ਨਹੀਂ ਲੱਗਾ, ਮੈਨੂੰ ਦੁੱਖ ਮਹਿਸੂਸ ਨਹੀਂ ਹੋਇਆ, ਪਰ ਜੋ ਆਹ ਕੀਤਾ ਤੇਰੇ ਸਿਰ 'ਤੇ ਕੇਸ ਨਾ ਦੇ ਕੇ ਜੋ ਮੈਨੂੰ ਮਹਿਸੂਸ ਹੋਇਆ ਪੁੱਤਰਾ, ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੇਰੇ ਘਰ 'ਚੋਂ ਦਸਮ ਪਾਤਸ਼ਾਹ ਦੀ ਸਿੱਖੀ ਵੀ ਗਈ। ਸਿਆਣਾ ਦੇ ਨੇ ਛਾਤੀ ਪਿੱਟ ਕੇ ਜਿੰਦਾਂ ਨੇ ਧਾ ਮਾਰੀ, ਕਹਿੰਦੀ ਕਦੇ ਸੁਣਿਆ ਨਹੀਂ ਮਰਦ ਰਖੇਲ ਹੁੰਦਾ, ਉਹ ਤੇਰੇ ਸਿਰ ਦਸ਼ਮੇਸ਼ ਦੀ ਮੋਹਰ ਹੈ ਨਹੀਂ, ਸਦਮਾ ਮੈਤੋਂ ਨਹੀਂ ਬਚਿਆ, ਝੇਲ ਹੁੰਦਾ। ਅਤੇ ਜਦੋਂ ਮਾਂ ਦੇ ਕਹੇ ਹੋਏ ਲਫ਼ਜ਼ ਔਰ ਅੰਦਰੋਂ ਕਹੀ ਹੋਈ ਹੂਕ, ਉਹ ਜਿਸ ਪਿਆਰ ਨਾਲ ਜਿਸ ਲਹਿਜੇ ਵਿੱਚ ਮਾਂ ਨੇ ਧਾ ਮਾਰ ਕੇ ਰੋ ਕੇ ਕਹੀ, ਅਤੇ ਮਹਾਰਾਜਾ ਦਲੀਪ ਸਿੰਘ ਦੇ ਉਹਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਹਦੇ ਹਿਰਦੇ ਵਿੱਚ ਸੀਨੇ ਵਿੱਚ ਕਿਸੇ ਨੇ ਖੰਜਰ ਮਾਰ ਦਿੱਤੀ ਹੋਵੇ। ਉਹਨੂੰ ਆਪਣਾ ਯਾਦ ਆਇਆ, ਉਹਨੂੰ ਇਉਂ ਲੱਗਾ ਜਿਵੇਂ ਸੁੱਤਾ ਉੱਠਿਆ ਹੁੰਦਾ, ਜਿਵੇਂ ਆਪਣੇ ਮੁੜ ਕੇ ਆਪਣੇ ਵਿਰਸੇ ਦੀ ਉਹਨੂੰ ਇੱਕ ਚੁਣਚਣਾਹਟ ਆਈ ਉਹਦੇ ਅੰਦਰੋਂ। ਉਹ ਆਖਣ ਲੱਗਾ, ਗਿੜਗਿੜਾ ਕੇ ਕਿਹਾ ਦਲੀਪ ਸਿੰਘ ਨੇ, ਬੇਸ਼ੱਕ ਹਾਂ ਮੈਂ ਗੁਨਹਗਾਰ ਅੰਮਾ, ਤੇਰੇ ਚਰਨਾਂ ਦੀ ਸਹੁੰ ਜੇ ਸੀ ਆਖਾਂ ਆਲਾ ਧੌਣ ਅਤੇ ਫੇਰ ਤਲਵਾਰ ਮਨ ਅੰਮਾ, ਆਪਣੀ ਕੁੱਖ ਨੂੰ ਕਿਉਂ ਫਟਕਾਰਨੀ ਏ, ਮੇਰੇ ਖੋਟ ਨਾ ਮੂਲ ਵਿਚਾਰ ਅੰਮਾ, ਬੇਵਸੀ ਦੇ ਆਲਮ ਤਾਂ ਖਾਸ ਕਰਕੇ ਮੌਤੋਂ ਭੈੜੀ, ਪਰਦੇਸ਼ ਦੀ ਮਾਰ ਅੰਮਾ। ਔਰ ਮਾਤਾ ਦੇ ਚਰਨਾਂ 'ਤੇ ਸਿਰ ਰੱਖ ਕੇ ਰੋਇਆ, ਗਿੜਗਿੜਾਇਆ, ਮਾਤਾ ਨੇ ਦਿਲਾਸਾ ਦਿੱਤਾ, ਆਪਣੀ ਮਾਂ ਨੂੰ ਜਾਂਦਾ ਹੋਇਆ ਫਿਰ ਨਾਲ ਹੀ ਲੈ ਗਿਆ।
ਨਾਲ ਲੈ ਗਿਆ, ਪਰ ਇੱਥੇ ਵੀ ਮਾਂ ਅਤੇ ਪੁੱਤਰ ਨੂੰ ਗੋਰਿਆਂ ਨੇ ਇਹਨਾਂ ਅੰਗਰੇਜ਼ਾਂ ਨੇ ਜੁਦਿਆਂ ਜੁਦਿਆਂ ਰੱਖਿਆ, ਮਿਲਣ ਨਹੀਂ ਦਿੱਤਾ। ਇੱਥੋਂ ਤੱਕ ਕਿ ਜਦੋਂ ਚੜ੍ਹਾਈ ਕੀਤੀ ਮਾਤਾ ਨੇ, ਮਰਨ ਸਮੇਂ ਵੀ ਦਲੀਪ ਸਿੰਘ ਕੋਲ ਨਹੀਂ ਸੀ। ਮਹਾਰਾਜਾ ਦਲੀਪ ਸਿੰਘ ਉਸ ਮਾਂ ਦੀ ਕਹੀ ਹੋਈ, ਮਾਂ ਦਾ ਦਿੱਤਾ ਹੋਇਆ ਹਲੂਣਾ, ਮਾਂ ਦੀ ਕਹੀ ਹੋਈ ਇੱਕ ਗੱਲ, ਮਾਰਿਆ ਹੋਇਆ ਇੱਕ ਤਾਨਾ, ਲਿਆ ਹੋਇਆ ਤਰਲਾ, ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਇਸ ਹੱਦ ਤੱਕ ਝੰਜੋੜ ਦਿੱਤਾ ਕਿ ਉਹ ਮੁੜ ਕੇ ਦੁਬਾਰਾ ਸਿੱਖ ਬਣਨੇ ਨੂੰ ਅੰਦਰੋਂ ਤਿਲਮਿਲਾ ਉੱਠਿਆ, ਤੜਫ ਗਿਆ। ਔਰ ਫਿਰ ਦੱਸਦੇ ਨੇ ਇੱਥੋਂ ਅਦਨ ਜਾ ਕੇ ਸਿੰਘਾਂ ਦੇ ਪੇਸ਼ ਹੋ ਕੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕਿਆ ਔਰ ਆਖਰੀ ਸਵਾਸ ਤੱਕ ਉਹ ਅੰਮ੍ਰਿਤਧਾਰੀ ਹੋ ਕੇ ਜੀਵਿਆ। ਮਹਾਰਾਣੀ ਜਿੰਦਾਂ ਦੀ ਆਖਰੀ ਖੁਆਇਸ਼ ਸੀ ਕਿ ਉਹਦੇ ਸਰੀਰ ਨੂੰ ਪੰਜਾਬ ਦੀ ਧਰਤੀ 'ਤੇ ਸੰਸਕਾਰ ਕੀਤਾ ਜਾਵੇ, ਜਿਹੜੀ ਕਿ ਇਹਨਾਂ ਅਲੰਬਰਦਾਰਾਂ ਨੇ ਇਹਨਾਂ ਨੇ ਪੂਰੀ ਨਹੀਂ ਹੋਣ ਦਿੱਤੀ। ਔਰ ਮਹਾਰਾਣੀ ਜਿੰਦਾਂ ਦਾ ਸੰਸਕਾਰ ਵੀ ਪੰਜਾਬ ਦੀ ਧਰਤੀ ਦੀ ਥਾਂ 'ਤੇ ਬੰਬਈ ਨਾਸਿਕ ਵਿੱਚ ਵਿਖੇ ਜਾ ਕੇ ਕੀਤਾ। ਔਰ ਉਹ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੇ ਇੰਨਾ ਜ਼ਿਆਦਾ ਇਸ ਗੱਲ ਦਾ ਗਮ ਕੀਤਾ, ਇੰਨਾ ਭਾਵੁਕ ਹੋਇਆ, ਮਨ ਇੰਨਾ ਪ੍ਰੇਰਿਆ ਗਿਆ, ਆਪਣਾ ਜੋ ਪ੍ਰਾਣੀ ਸੀ, ਜੋ ਖੂਨ ਸੀ ਪੁਰਾਣਾ ਰਾਜਪੂਣੇ ਦਾ, ਜੋ ਮਨ ਵਿੱਚ ਉਹਨੇ ਝਟਕਾ ਖਾਧਾ, ਉਹਨੇ ਹਲੂਣਾ ਖਾਧਾ, ਮੁੜ ਕੇ ਰਾਜਭਾਗ ਕਾਇਮ ਕਰਨ ਦੀਆਂ ਬੇਨਤਾਂ ਗੁੰਦਣ ਲੱਗ ਪਿਆ। ਹਰ ਸੰਭਵ ਕੋਸ਼ਿਸ਼ ਕੀਤੀ, ਰੂਸ ਦੇ ਜਿਹੜਾ ਯਾਰ ਪਾਸੋਂ ਸਹਾਇਤਾ ਮੰਗੀ, ਪੰਜਾਬ ਵਿੱਚ ਆਪਣੇ ਜਾਣੂ ਹਮਦਰਦਾਂ ਰਾਹੀਂ ਬਗਾਵਤ ਦੀ ਤਿਆਰੀ ਕੀਤੀ ਕਰਨ ਦੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ, ਇੱਕ ਲੰਬੀ ਦਾਸਤਾਂ, ਪਰ ਕਾਮਯਾਬ ਨਹੀਂ ਹੋ ਸਕਿਆ। ਇੱਥੇ ਵੀ ਬੇਨਤੀ ਕਰਾਂ, ਜੇ ਮਹਾਰਾਜਾ ਦਲੀਪ ਸਿੰਘ ਕੇਵਲ ਆਪਣੇ ਸੁੱਖ ਆਰਾਮ ਤੱਕ ਹੀ ਸੀਮਤ ਰਹਿਣਾ ਚਾਹੁੰਦਾ, ਦੁਨਿਆਵੀ ਸੁੱਖ ਆਰਾਮ ਦੀ ਉਹਦੇ ਕੋਲ ਕਮੀ ਨਹੀਂ ਸੀ, ਉਸ ਗੱਲ ਵਿੱਚ ਇਹਨਾਂ ਨੇ ਘਾਟ ਨਹੀਂ ਆਉਣ ਦਿੱਤੀ ਹੈ। ਠੀਕ ਹੈ, ਮਾਂ ਪੁੱਤਰ ਨੂੰ ਵੱਖਰੇ ਵੱਖਰੇ ਰੱਖਣ ਵਿੱਚ ਵੀ ਇਹਨਾਂ ਦੀ ਸਾਜ਼ਿਸ਼ ਸੀ ਕਿ ਜੇ ਮਾਂ ਨੇ, ਕਿਉਂਕਿ ਇਹ ਬੱਚਾ, ਇਹਨੂੰ ਸਿੱਖੀ ਬਾਰੇ ਪਤਾ ਨਹੀਂ, ਇਹਨੂੰ ਰਾਜਭਾਗ ਬਾਰੇ ਪਤਾ ਨਹੀਂ, ਪਰ ਜੇ ਮਾਂ ਨੇ ਕਿਤੇ ਚਿਣਗ ਲਾ ਦਿੱਤੀ ਤਾਂ ਸ਼ਾਇਦ ਬਾਗੀ ਨਾ ਹੋ ਜਾਏ। ਪਰ ਲੇਕਿਨ ਬੱਚੇ ਨੂੰ ਹਰ ਸੁੱਖ ਸਹੂਲਤ ਜਿਹੜੀ ਆ ਉਹ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ, ਜੇ ਆਪਣੇ ਸੁੱਖਾਂ ਤੱਕ ਸੀਮਤ ਰਹਿਣਾ ਚਾਹੁੰਦਾ ਤਾਂ ਉਹ ਰਹਿ ਸਕਦਾ ਸੀ, ਪਰ ਨਹੀਂ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਅਤੇ ਵਸਲੋਂ ਉਰੇ ਮੁਕਾਮ ਨਾ ਕੋਈ ਉਹ ਚਾਲ ਪਏ ਨਿਤ ਰਹਿੰਦੇ। ਪਰ ਅਫਸੋਸ ਇਸ ਗੱਲ ਦਾ ਕਿ ਸਾਰੀਆਂ ਇੱਛਾਵਾਂ ਮਨ ਵਿੱਚ ਲੈ ਕੇ ਉਹ ਕੌਮ ਦਾ ਬਾਦਸ਼ਾਹ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਸਦਾ ਲਈ ਆਪਣਾ ਜੋ ਵਿਛੋੜਾ ਦੇ ਗਿਆ, ਸਰੀਰ ਤਿਆਗ ਗਿਆ। ਉਹਦੀ ਦਿਲੀ ਤਮੰਨਾ ਦੇ ਉਲਟ, ਉਹਦੇ ਧਰਮ ਦੇ ਖਿਲਾਫ ਜਾ ਕੇ, ਇਹਨਾਂ ਦੀ ਆਪਾਂ ਗੱਲ ਕਰਦੇ ਨਾ, ਬੜੇ ਇਨਸਾਫ ਪਸੰਦ ਨੇ, ਉਹਦੇ ਧਰਮ ਦੇ ਉਲਟ ਉਹਨੂੰ ਅਲਵੀਡਨ ਵਿਖੇ ਦਫਨਾਇਆ ਗਿਆ, ਸੰਸਕਾਰ ਨਹੀਂ ਕੀਤਾ। ਛੇਰੇ ਪੰਜਾਬ ਦੇ ਪੁੱਤਰ ਨੂੰ ਗਾਂ ਔਲਾਦ ਨੂੰ, ਔਰ ਗੁਰਮਰਯਾਦਾ ਅਨਸਾਦ ਆਪਣੀ ਆਖਰੀ ਕਿਰਿਆ ਵੀ ਇਹਨਾਂ ਲੋਕਾਂ ਨੇ ਨਸੀਬ ਨਹੀਂ ਹੋਣ ਦਿੱਤੀ। ਸਿਆਣੇ ਆਦੇ ਨੇ ਕਿਤਨਾ ਹੈ ਬਦ ਨਸੀਬ ਜਫਰ ਦਫਨ ਕੇ ਲੀਏ ਕਿ ਦੋ ਗਜ ਜਿਵੇਂ ਵੀ ਨਾ ਮਿਲੀ ਕੁਏ ਯਾਰ ਮੈਂ। ਅੱਜ ਆਪਾਂ ਠੀਕ ਹੈ ਉਹਨਾਂ ਦੀਆਂ ਵਰਸੀਆਂ ਮਨਾਉਂਦੇ ਹਾਂ, ਉਹਨਾਂ ਦੀਆਂ ਯਾਦਾਂ ਮਨਾਉਂਦੇ ਹਾਂ, ਗੱਲ ਚੰਗੀ ਹੈ, ਔਰ ਸਾਨੂੰ ਇਹ ਕਰਨੀਆਂ ਚਾਹੀਦੀਆਂ ਨੇ, ਮਨਾਉਣੀਆਂ ਚਾਹੀਦੀਆਂ ਨੇ, ਤਾਂ ਜੋ ਆਪਣੀਆਂ ਉਹ ਵਰਕੇ ਇਤਿਹਾਸ ਦੇ ਜਿਹੜੇ ਭੁੱਲ ਚੁੱਕੇ ਹੋ, ਜਿਹੜੇ ਪਾੜ ਚੁੱਕੇ ਨੇ, ਉਹਨਾਂ ਨੂੰ ਮੁੜ ਕੇ ਜੋੜ ਕੇ ਪੜ੍ਹਨਾ, ਉਸ ਇਤਿਹਾਸ ਨੂੰ ਆਪਾਂ ਮੁੜ ਮੁੜ ਦੁਹਰਾਉਣਾ, ਇਹ ਜਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ, ਔਰ ਉਹਦੇ ਤੋਂ ਸਬਕ ਲੈ ਕੇ ਫਿਰ ਅਗਾਂਹ ਲਈ ਆਪਣੀ ਸਟ੍ਰੈਟਜੀ ਬਣਾਉਣੀ, ਇਹ ਸਿਆਣੀਆਂ ਕੌਮਾਂ ਕਰਦੀਆਂ ਨੇ। ਜੋ ਕੁਛ ਸਾਡੇ ਨਾਲ ਹੋਇਆ, ਜਿਸ ਢੰਗ ਨਾਲ ਹੋਇਆ, ਇਹ ਅਹਿਸਾਸ ਕਰ ਲੈਣਾ ਜ਼ਰੂਰੀ ਹੈ, ਜਿੱਥੇ ਵਰਸੀਆਂ ਮਨਾਉਣੀਆਂ ਜ਼ਰੂਰੀ ਨੇ, ਇਤਿਹਾਸ ਪੜ੍ਹਨਾ ਜ਼ਰੂਰੀ ਹੈ, ਉੱਥੇ ਸਬਕ ਸਿੱਖਣਾ ਵੀ ਜ਼ਰੂਰੀ ਹੈ ਕਿ ਰਾਜ ਤੋਂ ਬਗੈਰ, ਰਾਜਿਆਂ ਦੇ ਬਾਦਸ਼ਾਹਾਂ ਦੇ ਪਰਿਵਾਰਾਂ ਦੀ ਵੀ ਆਖਰੀ ਖੁਆਇਸ਼ ਤੱਕ ਪੂਰੀ ਨਹੀਂ ਕੀਤੀ ਜਾਂਦੀ। ਉਹ ਆਪਣੀ ਮਰਜ਼ੀ ਨਾਲ ਨਾ ਜੀ ਸਕਦੇ ਨੇ, ਨਾ ਆਪਣੀ ਮਰਜ਼ੀ ਨਾਲ ਮਰ ਸਕਦੇ ਨੇ। ਰਾਜ ਖੁੱਸਾ ਉਹਨਾਂ ਦੀਆਂ ਭਾਵਨਾਵਾਂ ਦੇ ਉਲਟ, ਉਹਨਾਂ ਨੂੰ ਜਿਸ ਥਾਂ 'ਤੇ ਉਹਨਾਂ ਨੂੰ ਮਾਰਿਆ ਗਿਆ,
ਉਹ ਥਾਂ ਵੀ ਗਲਤ ਚੁਣਿਆ ਜਿੱਥੇ ਉਹਨਾਂ ਨੇ ਸੰਸਕਾਰਨ ਲਈ ਕਰਨ ਲਈ ਆਖਿਆ, ਨਾ ਉਸ ਥਾਂ 'ਤੇ ਸੰਸਕਾਰ ਕੀਤਾ ਗਿਆ, ਨਾ ਜਿਸ ਢੰਗ ਨਾਲ ਕਰਨਾ ਚਾਹੀਦਾ ਸੀ ਨਾ ਉਹ ਢੰਗ ਨਾਲ ਕੀਤਾ ਗਿਆ, ਉਲਟ ਜਾ ਕੇ ਸਗੋਂ ਦਫਨਾ ਦਿੱਤਾ ਗਿਆ। ਹਾਂ, ਰਾਜ ਭਾਗ ਖੁੱਸਿਆ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਨਿਸ਼ਾਨੀ ਮਾਤਰ ਬਚੇ ਨੇ, ਪਰ ਜਦੋਂ ਰਾਜ ਭਾਗ ਸੀ ਹਿੰਦੁਸਤਾਨ 'ਤੇ ਤਕਰੀਬਨ ਸਾਰੇ ਵਿੱਚ ਉਹਨਾਂ ਦਾ ਫੈਲਾਅ ਸੀ। ਅਗਰ ਰਾਜ ਭਾਗ ਨਾਲ ਧਨ ਦੌਲਤ ਖੁੱਸ ਜਾਏ ਕੋਈ ਪਰਵਾਹ ਨਹੀਂ, ਪਰ ਉਹਦੇ ਨਾਲ ਫਿਰ ਧਰਮ ਨਾ ਖੁੱਸੇ। ਇੱਕ ਜਿਹੜਾ ਇਹਦੇ ਤੋਂ ਸਭ ਕੇ ਮਿਲਦਾ, ਇਹ ਜ਼ਰੂਰੀ ਹੈ, ਸਾਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਦੂਸਰਾ, ਇਹਦੇ 'ਚੋਂ ਜਿਹੜੀ ਗੱਲ ਮਿਲਦੀ ਹੈ, ਗਲਤ ਪ੍ਰਚਾਰ ਨਾਲ ਜਾਂ ਗਲਤ ਸੰਗਤ ਜਿਹੜੀ ਹੈ ਉਹ ਮਨੁੱਖ ਨੂੰ ਕਿਵੇਂ ਕੁਰਾਹੇ ਪਾਉਂਦੀ ਹੈ, ਕਿੱਦਾਂ ਧਰਮ ਤੋਂ ਵੀ ਦੂਰ ਲੈ ਜਾਂਦੀ ਹੈ, ਕਿੰਨੀ ਛੇਤੀ ਅਸਰ ਕਰਦੀ ਹੈ, ਕਿਸ ਢੰਗ ਨਾਲ ਕਰਦੀ ਹੈ, ਇਹ ਵੀ ਸਾਨੂੰ ਸਬਕ ਮਿਲਦਾ। ਅੱਜ ਸਾਨੂੰ ਵੀ ਆਪਣੀ ਸੰਤਾਨ ਨੂੰ ਸੰਭਾਲਣ ਦੀ ਲੋੜ ਹੈ। ਇੱਥੋਂ ਦੇ ਮਾਹੌਲ ਵਿੱਚ ਜਿਹੜੀ ਸਾਡੀ ਸੰਤਾਨ ਵਿਗੜ ਰਹੀ ਹੈ, ਜਿਹੜੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ, ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਨੇ, ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ, ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ, ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ, ਜਿਨ੍ਹਾਂ ਨੂੰ ਅੱਜ ਸੰਨਾ ਪੰਜ ਪਿਆਰਿਆਂ ਦੇ ਨਾਂ ਪਤਾ, ਨਾ ਚਾਰ ਸਾਹਿਬਜ਼ਾਦਿਆਂ ਦੇ ਨਾਂ ਪਤਾ, ਨਾ ਆਪਣੇ ਸ਼ਹੀਦਾਂ ਦੇ ਨਾਂ ਪਤਾ, ਨਾ ਚੱਲਦੀਆਂ ਘਟਨਾਵਾਂ ਦਾ ਨਾਂ ਪਤਾ, ਨਾ ਪੁਰਾਤਨ ਇਤਿਹਾਸ ਬਾਰੇ ਵਾਕਫੀਅਤ, ਬੱਚਿਆਂ ਦਾ ਕਸੂਰ ਨਹੀਂ, ਮਾਂ ਪਿਓ ਨਹੀਂ ਦੱਸ ਸਕਦੇ, ਮਾਂ ਪਿਓ ਨੂੰ ਨਹੀਂ ਪਤਾ। ਔਰ ਜੇ ਕੋਈ ਬੱਚਾ ਸਵਾਲ ਕਰਦਾ ਤਾਂ ਉਹਨੂੰ ਝਿੜਕ ਕੇ ਬਿਠਾਲ ਦਿੰਦੇ ਹਾਂ ਵੀ ਨਹੀਂ, ਅਜਿਹੀਆਂ ਗੱਲਾਂ ਨਾ ਕਰ, ਕੋਈ ਹੋਰ ਗੱਲ ਕਰ। ਜੇ ਆਪਣੇ ਕੋਲ ਜਵਾਬ ਨਹੀਂ ਕਿਸੇ ਤੋਂ ਪੁੱਛ ਕੇ ਗੱਲ ਕੀਤਾ ਜਾ ਸਕਦਾ, ਕਿਸੇ ਉਸ ਬੰਦੇ ਕੋਲ ਖੜਿਆ ਜਾ ਸਕਦਾ ਜਿਹਨੂੰ ਪਤਾ, ਕਿ ਉੱਥੇ ਲਗਨ ਸਾਡੀ ਵੀ ਇੱਥੇ ਜਿਹੜੀ ਆ ਮਜੋਰਿਟੀ ਦੀ ਤਕਰੀਬਨ ਪੈਸਿਆਂ ਦੁਆਲੇ, ਦੁਨਿਆਵੀ ਸੁੱਖ ਸਹੂਲਤਾਂ ਦੁਆਲੇ ਲੱਗ ਗਈ, ਪਰ ਅਸੀਂ ਵੀ ਧਰਮ ਵਾਲਾ ਪਾਸਾ ਜਿਹੜਾ ਤਿਆਗ ਦਿੱਤਾ। ਠੀਕ ਹੈ, ਇੱਕ ਜਿਹੜੀ ਹੈ ਉਹ ਪੀੜ੍ਹੀ ਲੰਘ ਜਾਏਗੀ, ਸ਼ਾਇਦ ਕਿਸੇ ਦੀ ਦੂਜੀ ਲੰਘ ਜਾਏ, ਤੀਜੀ 'ਤੇ ਜਾ ਕੇ ਜ਼ਰੂਰ ਜਿਹੜਾ ਉਹ ਜੇ ਖਤਮ ਨਹੀਂ ਹੋਏਗੀ ਕਹਾਣੀ, ਤਾਂ ਘੱਟੋ ਘੱਟ ਕੁਐਸਚਨ ਮਾਰਕ ਜ਼ਰੂਰ ਲੱਗ ਜਾਏਗਾ। ਲੋੜ ਹੈ ਇਸ ਪਾਸੇ ਵੱਲ ਨੂੰ ਧਿਆਨ ਦੇਣ ਦੀ, ਸਾਡਾ ਆਪਣਾ ਫਰਜ਼ ਬਣਦਾ। ਹਾਂ, ਇੱਕ ਗੱਲ ਇਹ ਵੀ ਹੈ, ਦੇਖੋ ਮਾਂ ਪਿਓ ਦੀ ਸਿੱਖਿਆ ਵੀ ਜਿਹੜੀ ਹੈ ਬੱਚੇ 'ਤੇ ਬੜਾ ਅਸਰ ਕਰਦੀ ਹੈ, ਬਸ਼ਰਤੇ ਮਾਂ ਪਿਓ ਦਾ ਆਪਣਾ ਵੀ ਜੀਵਨ ਹੋਵੇ। ਜੇ ਪਿਓ ਆਪ ਸ਼ਰਾਬ ਪੀਂਦਾ ਅਤੇ ਬੱਚੇ ਨੂੰ ਆ ਕੇ ਕਾਕਾ ਮਾੜੀ ਹੁੰਦੀ ਹੈ, ਸ਼ਾਇਦ ਉਹ ਨਾ ਸੁਣੇ। ਜੇ ਆਪ ਧਰਮ ਤੋਂ ਦੂਰ ਹੈ, ਬੱਚੇ ਨੂੰ ਆਖੇਗਾ ਧਰਮੀ ਬਣ, ਅੰਮ੍ਰਿਤ ਛਕ, ਸ਼ਾਇਦ ਬੱਚਾ ਨਾ ਸੁਣੇ, ਕਿਉਂਕਿ ਮਾਹੌਲ ਹੋਰ ਵਿੱਚ ਪਲ ਰਿਹਾ। ਆਪਣਾ ਜੀਵਨ ਜਿਹੜਾ ਬੱਚੇ 'ਤੇ ਅਸਰ ਪਾਉਂਦਾ, ਜਿਹਦੀ ਮਿਸਾਲ ਆਪਾਂ ਇਸ ਇਤਿਹਾਸ 'ਚੋਂ ਲੈ ਸਕਦੇ ਹਾਂ, ਮਹਾਰਾਣੀ ਜਿੰਦ ਕੌਰ, ਦੁਸ਼ਵਾਰੀਆਂ ਸਹਿ ਲਈਆਂ, ਦੁੱਖ ਸਹਿ ਲਏ, ਤਕਲੀਫਾਂ ਸਹਿ ਲਈਆਂ, ਪਰ ਧਰਮ ਨਹੀਂ ਛੱਡਿਆ, ਧਰਮ ਨੂੰ ਪਰਪੱਕਤਾ ਨਾਲ ਉਹਨੇ ਦ੍ਰਿੜ ਕਰਕੇ ਫੜੀ ਰੱਖਿਆ। ਔਰ ਮਿਲਣੀ ਕਿੰਨੀ ਹੋਈ ਆਪਣੇ ਬੇਟੇ ਨਾਲ, ਇੱਕ ਮਿਲਣੀ ਵਿੱਚ ਇੱਕ ਲਾਈਨ, ਇੱਕ ਲਫ਼ਜ਼ ਆ ਕੇ ਆਪਣੇ ਬੇਟੇ ਦੀ ਜ਼ਿੰਦਗੀ ਬਦਲ ਦਿੱਤੀ। ਤਸੀਰ ਹੈ ਬੋਲਾਂ ਵਿੱਚ, ਬਸ਼ਰਤੇ ਅਸਰ ਕਰਦੇ ਨੇ ਬੋਲ, ਬਸ਼ਰਤੇ ਆਪਣਾ ਜੀਵਨ ਹੋਵੇ। ਸਾਡਾ ਵੀ ਫਰਜ਼ ਬਣਦਾ, ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਈਏ। ਅੱਜ ਠੀਕ ਹੈ, ਮਾਹੌਲ ਇੱਦਾਂ ਦਾ ਬਣ ਗਿਆ, ਇਹ ਇੱਕ ਵੱਖਰਾ ਵਿਸ਼ਾ ਹੈ ਕਿ ਅੱਜ ਧਰਮ ਦਾ ਵੀ ਵਪਾਰੀਕਰਨ ਹੋ ਰਿਹਾ, ਰਾਜਨੀਤੀ ਦਾ ਵੀ ਵਪਾਰੀਕਰਨ ਹੋ ਰਿਹਾ, ਉਹਦੇ ਵਿੱਚ ਧਰਮ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹਦਾ ਵੀ ਜਿਹੜਾ ਮਤਲਬ ਉਹ ਤਕਰੀਬਨ ਸੱਤਾ ਹਥਿਆਉਣ ਤੱਕ ਹੀ ਸੀਮਤ ਹੋ ਗਿਆ। ਪਰ ਗੱਲ ਯਾਦ ਰੱਖੋ, ਜਿਹਨਾਂ ਕੌਮਾਂ ਦੇ ਕੋਲ ਆਪਣਾ ਕੋਈ ਥਾਂ ਨਾ ਹੋਵੇ, ਰਾਜ ਭਾਗ ਨਾ ਹੋਵੇ, ਹਕੂਮਤ ਨਾ ਹੋਵੇ, ਉਹ ਕੌਮਾਂ ਬਹੁਤੀ ਦੇਰ ਪ੍ਰਫੁੱਲਤ ਨਹੀਂ ਰਹਿ ਸਕਦੀਆਂ। ਇਹ ਗੱਲ ਦ੍ਰਿੜ ਨਿਸ਼ਚੈ, ਕਿਉਂਕਿ ਸਿੱਖ ਰਾਜ ਦੀ ਜਿਉਂ ਜਿਉਂ ਆਪਣੇ ਤਬਾਹੀ ਹੋਈ, ਜਿੱਦਾਂ ਜਿੱਦਾਂ ਰਾਜ ਭਾਗ ਖੁੱਸਿਆ, ਤਿਉਂ ਤਿਉਂ ਸਿੱਖ ਰਾਜ ਜਿਹੜਾ ਉਹ ਖਤਮ ਹੁੰਦਾ ਗਿਆ। ਸਿੱਖੀ ਕਿੱਥੇ ਜਾ ਕੇ ਮੁੱਕੀ ਆਪਾਂ ਜਾਣਦੇ ਹਾਂ, ਪਰ ਮੈਂ ਅਖੀਰ ਵਿੱਚ ਕੇਵਲ ਇਹ ਸਤਰਾਂ ਆਖ ਕੇ ਕਿ ਦ੍ਰਿੜ ਨਿਸ਼ਚੈ ਨਾਲ ਇਹ ਗੱਲ ਆਖ ਲਓ, ਮਹਾਰਾਜਾ ਰਣਜੀਤ ਸਿੰਘ ਦੇ ਜਾਂ ਬਾਕੀ ਰਾਜ ਭਾਗ ਦੀ ਗੱਲ ਆਪਾਂ ਕਰਦੇ ਹਾਂ, ਰਾਜ ਭਾਗ ਤੋਂ ਬਾਅਦ ਕੀ ਹੋਇਆ, ਕਿਸ ਢੰਗ ਨਾਲ ਹੋਇਆ, ਇਹ ਗੱਲ ਸਾਨੂੰ ਚੇਤੇ ਕਰਾਉਂਦਾ ਕਿ ਗੁਲਾਮਾਂ ਦੇ ਬੂਟੇ ਦੀ ਛਾਂ ਕੋਈ ਨਹੀਂ ਹੁੰਦੀ, ਗੁਲਾਮਾਂ ਦੀ ਕਿਧਰੇ ਵੀ ਥਾਂ ਕੋਈ ਨਹੀਂ ਹੁੰਦੀ, ਗੁਲਾਮਾਂ ਦੇ ਦਿਲ ਵਿੱਚ ਫਿਜ਼ਾਂ ਕੋਈ ਨਹੀਂ ਹੁੰਦੀ, ਜੁਬਾਂ ਹੁੰਦਿਆਂ ਵੀ ਜੁਬਾਂ ਕੋਈ ਨਹੀਂ ਹੁੰਦੀ, ਉਹ ਕੇਵਲ ਹੱਥ ਜੋੜ ਕੇ ਸਿਰ ਥੱਲੇ ਨੂੰ ਮਾਰਨ ਦਾ ਤੱਕ ਹੀ ਸੀਮਤ ਰਹਿ ਜਾਂਦੇ ਨੇ। ਉੱਠੋ, ਆਪਾਂ ਆਪਣੇ ਵਿਰਸੇ ਨਾਲ ਜੁੜੀਏ, ਸਤਿਗੁਰੂ ਰਹਿਮਤ ਕਰਨ, ਸਤਿਗੁਰੂ ਤੋਂ ਆਪਾਂ ਉੱਦਮ ਕਰੀਏ, ਉੱਥੇ ਸਤਿਗੁਰੂ ਤੋਂ ਜਾਚਨਾ ਕਰੀਏ, ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਤਾਂ ਜੋ ਅਸੀਂ ਵੀ ਸਿੱਖ ਕੌਮ ਦੀ ਜੋ ਚੜ੍ਹਦੀ ਕਲਾ ਉਹਦੇ ਲਈ ਕੰਮ ਕਰ ਸਕੀਏ।
ਉਹਦੇ ਲਈ ਜੀ ਸਕੀਏ, ਉਹਦੇ ਲਈ ਮਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।